ਹਾਂਜੀ ਤਾਂ ਨਾਜ਼ਰੀਨ ਮੌਜੂਫਰਾਦ ਅਰੋੜਾ ਕਲਾਸ ਦੇ ਸਭ ਮਾਂਚ ਤੇ ਤੁਹਾਡਾ ਸਾਰਿਆਂ ਦਾ ਖੈਰਮਕਦਮ ਕਰਦੇ ਆਂ ਉਮੀਦ ਕਰਦੇ ਆਂ ਤੁਸੀਂ ਸਾਰੇ ਦੇ ਸਾਰੇ ਖੈਰੀਤ ਹੋਵਗੇ ਸਾਰੇ ਦੇ ਸਾਰੇ ਚੜ੍ਹਦੀ ਕਲਾ ਚ ਹੋਵਗੇ ਤਾਂ ਸਭ ਤੋਂ ਪਹਿਲਾਂ ਜਿਹੜੇ ਬੱਚਿਆਂ ਨੇ ਮਾਸਟਰ ਕੈਡਰ ਦੇ ਵਿੱਚ ਐਡਮਿਸ਼ਨ ਲੈ ਲਿਆ ਉਹਨਾਂ ਨੂੰ ਵਧਾਈਆਂ ਜਿਹੜੇ ਬੱਚਿਆਂ ਨੇ ਹਜੇ ਲੈਣਾ ਹੈ ਉਹ ਜਲਦੀ ਜਲਦੀ ਆਪਣੇ ਕੋਰਸ ਨੂੰ ਬਾਏ ਕਰ ਲਓ ਜਿਹੜਾ ਆਪਣਾ ਕੋਰਸ ਹੈ ਉਹ ਸਟਾਰਟ ਹੋ ਚੁੱਕਿਆ ਹੈ ਜਿਹਦੇ ਵਿੱਚ ਆਪਾਂ ਮਾਸਟਰ ਕੀਡਰ ਦੇ ਬਾਰੇ ਚਰਚਾ ਕਰਨੀ ਹੈ ਤੇ ਮਾਸਟਰ ਕੀਡਰ ਦੀ ਆਪਾਂ ਤਿਆਰੀ ਕਰ ਰਹੀ ਹੈ ਤੇ ਸਭ ਤੋਂ ਪਹਿਲਾਂ ਮੈਂ ਵਧਾਈ ਦੇਣਾ ਚਾਹੁੰਨਾ ਹੈ ਵਧਾਈ ਦੇ ਪਾਤਰ ਨੇ ਆਪਣੇ ਜਿਹੜੇ ਬੱਚਿਆਂ ਦਾ ਪੀਐਸ ਟੈਟ ਕਲੀਅਰ ਹੋ ਚੁੱਕਿਆ ਹੈ ਜਿਹੜੇ ਬੱਚਿਆਂ ਦਾ ਪੀਐਸ ਟੈਟ ਕਲੀਅਰ ਹੋ ਚੁੱਕਿਆ ਹੈ ਉਹ ਵਧਾਈ ਦੇ ਪਾਤਰ ਨੇ ਉਹਨਾਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਬਹੁਤ ਸਾਰੀਆਂ ਵਧਾਈਆਂ ਠੀਕ ਹੈ ਤਾਂ ਅੱਜ ਆਪਾਂ ਜਿਹੜੀ ਚਰਚਾ ਕਰਨੀ ਆ ਮਾਸਟਰ ਕੈਡਰ ਦੇ ਸੰਦਰਭ ਦੇ ਵਿੱਚ ਚਰਚਾ ਕਰਨੀ ਹੈ ਵੀ ਕੀ ਕੁਝ ਮਾਸਟਰ ਕੈਡਰ ਦੇ ਵਿੱਚ ਰਹਿੰਦਾ ਹੈ ਕੀ ਉਸ ਦਾ ਸਿਲੇਬਸ ਹੁੰਦਾ ਹੈ ਕੀ ਉਹਦਾ ਵਿਸ਼ਾ ਵਸਤੂ ਹੁੰਦਾ ਹੈ ਕੀ ਰਸਤਾ ਰਹਿੰਦਾ ਪੜ੍ਹਾਈ ਦਾ ਉਹ ਸਾਰਾ ਕੁਝ ਆਪਾਂ ਗੱਲਬਾਤ ਕਰ ਚੁੱਕੇ ਆ ਪਿਛਲੀ ਕਲਾਸ ਦੇ ਵਿੱਚ ਵੀ ਕਿਹੜਾ ਕਿਹੜਾ ਸਿਲੇਬਸ ਹੈ ਜਿਹੜਾ ਆਪਾਂ ਨੂੰ ਮਾਸਟਰ ਕੈਟਰ ਦੇ ਬਾਰੇ ਪੜ੍ਹਨਾ ਪਊਗਾ ਤੇ ਅੱਜ ਆਪਣਾ ਪਹਿਲਾ ਲੈਕਚਰ ਹੈ ਜਿਹੜੇ ਬੱਚੇ ਇਹ ਦੇਖਣਾ ਚਾਹੁੰਦੇ ਆ ਵੀ ਸਰ ਸਾਨੂੰ ਡੈਮੋ ਲੈਕਚਰ ਨਹੀਂ ਮਿਲਿਆ ਅਸੀਂ ਦੇਖਣਾ ਹੈ ਵੀ ਮਾਸਟਰ ਕੈਟਰ ਦੀ ਪੜ੍ਹਾਈ ਕਿੱਦੇ ਕ ਲੈਵਲ ਦੀ ਹੁੰਦੀ ਹੈ ਕੀ ਕੁਝ ਉਹਦੇ ਵਿੱਚ ਹੁੰਦਾ ਹੈ ਤਾਂ ਉਹ ਬੱਚੇ ਅੱਜ ਦੇ ਡੈਮੋ ਲੈਕਚਰ ਦਾ ਇਸ ਦਾ ਲਾਹਾ ਲੈ ਸਕਦੇ ਆ ਬਾਕੀ ਹੁਣ ਆਪਣੀ ਇੱਕ ਹਫਤਾ ਦੋ ਹਫਤੇ ਜਿਹੜੀ ਕਲਾਸ ਹੈ ਉਹ ਰੈਗੂਲਰ ਚੱਲੂਗੀ ਤੇ ਨਾਲ ਦੀ ਨਾਲ ਮੈਂ ਇਹ ਵੀ ਦੱਸਣਾ ਚਾਹਣਾ ਹੈ ਵੀ ਜਿਹੜੀਆਂ ਚੀਜ਼ਾਂ ਆਪਾਂ ਪੜ੍ਹਾਂਗੇ ਉਹਨਾਂ ਨੂੰ ਨਾਲ ਦੀ ਨਾਲ ਬੱਚੇ ਉਸੀ ਨੋਟ ਜ਼ਰੂਰ ਕਰਦੇ ਜਾਣਾ ਕਿਉਂਕਿ ਜਿੰਨਾ ਟਾਈਮ ਤੁਸੀਂ ਲਿਖਦੇ ਨਹੀਂ ਉਹਨਾ ਟਾਈਮ ਆਪਣੀ ਚੀਜ਼ ਆ ਜਿਹੜੀ ਆਪਣਾ ਜਿਹੜਾ ਵਿਸ਼ਾ ਵਸਤੂ ਆ ਆਪਣੀ ਜਿਹੜੀ ਪੜ੍ਹਾਈ ਆ ਉਹ ਚੰਗੇ ਤਰੀਕੇ ਦੇ ਨਾਲ ਆਪਣੇ ਦਿਮਾਗ ਦੇ ਵਿੱਚ ਨਹੀਂ ਫਿੱਟ ਬੈਠ ਸਕਦੀ ਠੀਕ ਹੈ ਤਾਂ ਗੁੱਡ ਇਵਨਿੰਗ ਜੀ ਸਾਰਿਆਂ ਨੂੰ ਵੈਰੀ ਗੁੱਡ ਇਵਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਦੇ ਸਾਰੇ ਠੀਕ ਹੋਵੋਗੇ ਹਾਂਜੀ ਹਾਂ ਪੇਪਰ ਏ ਜਿਹੜਾ ਹੋਊਗਾ ਬੱਚਿਓ ਉਹ ਹੋਊਗਾ 8TT ਕੈਡਰ ਦਾ ਜਿਸ ਤਰੀਕੇ ਨਾਲ ਪੇਪਰ ਹੋਇਆ ਉਹਨਾਂ ਦਾ ਹੋਊਗਾ ਬਾਕੀ ਇਹਦੇ ਮਾਸਟਰ ਕੈਡਰ ਦਾ ਕੋਈ ਪਤਾ ਨਹੀਂ ਪੇਪਰ 100 ਦੇ ਵਿੱਚੋਂ 80% ਉਹ ਪੇਪਰ ਏ ਵੀ ਰੱਖ ਸਕਦੇ ਆ ਠੀਕ ਆ ਪਰ ਹਜੇ ਕੁਝ ਨਹੀਂ ਆਪਾਂ ਕਹਿ ਸਕਦੇ ਕੁਝ ਵੀ ਹੋ ਸਕਦਾ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਕਿਸੇ ਦੀ ਹੱਥਵਸ ਨਹੀਂ ਉਹਨਾਂ ਨੇ ਆਪਣੇ ਹੁਕਮ ਜਿਹੜੇ ਕਰਨੇ ਆ ਉਹ ਹੁਕਮ ਦੇ ਅਨੁਸਾਰ ਹੀ ਉਹਨਾਂ ਨੇ ਚੱਲਣਾ ਤੇ ਆਪਾਂ ਨੂੰ ਉਹ ਚੀਜ਼ ਮੰਨਣੀ ਪੈਣੀ ਆ ਬੱਚਿਓ ਠੀਕ ਆ ਤਾਂ ਗੁੱਡ ਈਵਨਿੰਗ ਜੀ ਸਾਰਿਆਂ ਨੂੰ ਵੈਰੀ ਗੁੱਡ ਈਵਨਿੰਗ ਵੈਰੀ ਗੁੱਡ ਈਵਨਿੰਗ ਚਲੋ ਬੱਚੋ ਤਾਂ ਫਿਰ ਆਪਾਂ ਅੱਜ ਦੇ ਲੈਕਚਰ ਨੂੰ ਸਟਾਰਟ ਕਰੀਏ ਜੇਕਰ ਤੁਹਾਡੀ ਅਨੁਮਤੀ ਹੋਵੇ ਤਾਂ ਜੇਕਰ ਤੁਸੀਂ ਕਹਿ ਸਕਦੇ ਹੋ ਕਿ ਕਲਾਸ ਸਟਾਰਟ ਕਰੋ ਸਰ ਤੇ ਇੱਕ ਗੱਲ ਹੋਰ ਜਿਹੜੀ ਇਹ ਕਲਾਸ ਬੱਚੋ ਅੱਜ ਦੀ ਇਹ ਮਾਸਟਰ ਕੈਡਰ ਦੇ ਲਈ ਤਾਂ ਹੈ ਹੀ ਹੀ ਹੈ ਜਿਹੜਾ ਐਕਸਾਈਜ਼ ਦਾ ਕੱਲ ਪੇਪਰ ਹੋਇਆ ਉਹਦੇ ਵਿੱਚ ਜਿਹੜਾ ਉਹਨਾਂ ਨੇ ਲੈਵਲ ਚੁੱਕਿਆ ਹੋਇਆ ਜਾਨੀ ਕਿ ਮਾਸਟਰ ਕੀਡਰ ਲੈਵਲ ਦਾ ਉਹਨੇ ਪੇਪਰ ਪਾ ਰੱਖਿਆ ਤੇ ਪੰਜਾਬ ਸਟੇਟ ਦੇ ਵਿੱਚ ਜਿਹੜੇ ਬੱਚਿਆਂ ਨੇ ਕਾਂਸਟੇਬਲ ਦਾ ਪੇਪਰ ਦੇਣਾ ਸਬ ਇੰਸਪੈਕਟਰ ਦਾ ਦੇਣਾ ਉਹ ਸਾਰੇ ਹੀ ਪੇਪਰਾਂ ਵਾਸਤੇ ਜਿਵੇਂ ਉਹਨ ਪੀ ਟ੍ਰਿਪਲ ਐਸ ਵੀ ਦੇ ਪੇਪਰ ਹੋਣਗੇ ਕਲਰਕ ਦੇ ਸਾਰੇ ਹੀ ਪੇਪਰਾਂ ਵਾਸਤੇ ਅੱਜ ਦੀ ਕਲਾਸ ਹੈ ਜਿਹੜੀ ਲਾਹੇ ਮੰਦ ਸਿੱਧ ਹੋਊਗੀ ਇਹ ਗੱਲ ਤੁਹਾਨੂੰ ਮੈਂ ਕਲਾਸ ਦੇ ਐਂਡ ਤੇ ਪੁੱਛੂਗਾ ਵੀ ਕਲਾਸ ਤੁਹਾਨੂੰ ਕਿਵੇਂ ਦੀ ਲੱਗੀ ਤੁਹਾਨੂੰ ਸਮਝ ਕਿਦਾਂ ਦਾ ਆਇਆ ਜਾਨੀ ਕਿ ਥੋੜਾ ਜਿਹਾ ਆਪਾਂ ਲੈਵਲ ਨੂੰ ਇਨਕਰੀਜ਼ ਕਰਾਂਗੇ ਲੈਵਲ ਨੂੰ ਥੋੜਾ ਜਿਹਾ ਬੜਾਵਾ ਦੇਵਾਂਗੇ ਬਾਲਾ ਨਹੀਂ ਆਪਾਂ ਕਰਦੇ ਜਾਨੀ ਕਿ ਜਿਹੜੀ ਪੰਜਾਬ ਸਟੇਟ ਵਾਲੇ ਬੱਚੇ ਐ ਵੀ ਉਹ ਡਰ ਜਾਣ ਵੀ ਇੰਨਾ ਵੀ ਸਿਲੇਬਸ ਹੁੰਦਾ ਹੈ ਉਹ ਡਾ ਨਹੀਂ ਆਪਾਂ ਕਰਨਾ ਜਾਨੀ ਕਿ ਥੋੜਾ ਮੋਟਾ ਜਿਹੜਾ ਉਹ ਆਪਾਂ ਫਰਕ ਪਾ ਕੇ ਚੱਲਣਾ ਵੀ ਪੇਪਰ ਜਿਹੜਾ ਐਗਜ਼ਾਮੀਨਰ ਸੋਚਦਾ ਉਸ ਦੀ ਸੋਚ ਨੂੰ ਫੜਨਾ ਹੈ ਉਸ ਦੇ ਪੇਪਰ ਪਾਉਣ ਦੇ ਲਹਿਜੇ ਨੂੰ ਆਪਾਂ ਫੜਨਾ ਹੈ ਤੇ ਉਸ ਨੂੰ ਸਮਝਣਾ ਵੀ ਕਿਵੇਂ ਉਹ ਜ ਸਰ ਪੰਜਾਬੀ A ਦਾ ਬੈਚ ਕਦੋਂ ਸਟਾਰਟ ਹੈ ਬੱਚੇ ਆਲਮੋਸਟ ਸਟਾਰਟ ਹੀ ਹੈ 88/0101 ਤੇ ਤੁਸੀਂ ਕਾਲ ਕਰ ਸਕਦੇ ਹੋ ਮਾਸਟਰ ਕਿਡਰ ਕਦੋਂ ਆ ਸਕਦਾ ਜੀ ਬੱਚੇ ਕੋਈ ਪਤਾ ਨਹੀਂ ਦੇਖੋ ਹੁਣ 6 ਮਹੀਨਿਆਂ ਤੱਕ ਤਾਂ ਸਿਲੇਬਸ ਨਹੀਂ ਨਿਬੜਨਾ ਆਪਣੇ ਮਾਸਟਰ ਕਿਡਰ ਦਾ ਠੀਕ ਹੈ 5-6 ਮਹੀਨੇ ਤਾਂ ਲੱਗ ਹੀ ਜਾਣਗੇ ਸਿਲੇਬਸ ਬਹੁਤ ਵਾਈਡ ਹੈ ਆਪਾਂ ਕਹਿ ਸਕਦੇ ਹਾਂ ਬਹੁਤ ਵਿਸਥਾਰ ਦੇ ਵਿੱਚ ਬੱਚਿਓ ਆਪਾਂ ਨੂੰ ਪੜ੍ਹਨਾ ਪਊਗਾ ਤੇ ਜਿੰਨਾ ਛੇਤੀ ਤੁਸੀਂ ਬੈਚ ਨੂੰ ਬਾਈ ਕਰੋਗੇ ਜੇਕਰ ਹੁਣ ਕਰੋਗੇ ਤਾਂ ਆਪਾਂ ਉਹਨੇ ਵਧੀਆ ਤਰੀਕੇ ਨਾਲ ਪੜ੍ਹਾਂਗੇ ਉਸ ਨੂੰ ਰਿਵਾਈਜ਼ ਕਰ 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 ਕੇ ਪੜ੍ਹਾਂਗੇ ਠੀਕ ਹੈ ਤਾਂ ਇਹ ਗੱਲ ਉਮੀਦ ਹੈ ਤੁਹਾਨੂੰ ਸਮਝ ਲੱਗ ਗਈ ਹੋਊਗੀ ਹੁਣ ਆਪਾਂ ਕਰਦੇ ਹਾਂ ਸਟਾਰਟ ਅੱਜ ਦਾ ਲੈਕਚਰ ਠੀਕ ਹੈ ਬੱਚੋ ਤਾਂ ਤਿਆਰ ਹੋ ਸਾਰੇ ਇੱਕ ਵਾਰੀ ਦੱਸੋ हां जी बच्चों ता कर दिया जी फिर शुरू जेकर ਤੁਸੀਂ ਕਲਾਸ ਨੂੰ ਸਾਰਿਆਂ ਨੇ ਸ਼ੇਅਰ ਕਰਤਾ ਇੱਕ ਵਾਰੀ ਦੱਬ ਕੇ ਤਾਂ ਦੱਸੋ ਵੀ ਸਰ ਜੀ ਕਰੋ ਕਲਾਸ ਨੂੰ ਸਟਾਰਟ ਅਸੀਂ ਸਾਰਿਆਂ ਨੇ ਸ਼ੇਅਰ ਕਰ ਦਿੱਤਾ ਹੈ ਚਲੋ ਬਈ ਸਰ ਹਿਸਟਰੀ ਤੇ ਪੰਜਾਬੀ ਦਾ ਵੀ ਆ ਸਕਦਾ ਇਕੱਠਾ ਜੀ ਹਾਂ ਜੀ ਬਿਲਕੁਲ ਬੱਚੇ ਆ ਸਕਦਾ ਤੇ ਪੰਜਾਬੀ ਦੇ ਮਾਸਟਰ ਕਲਾਟਰ ਦਾ ਬੈਚ ਸਟਾਰਟ ਹੋ ਚੁੱਕਿਆ ਹੈ ਉਹਦੇ ਉੱਪਰ ਜੇਕਰ ਤੁਸੀਂ ਡਿਸਕਾਊਂਟ ਪਾਉਣਾ ਚਾਹੁੰਦੇ ਹੋ ਤਾਂ ਉਹਦੇ ਤੇ ਤੁਸੀਂ ਏ ਆਰ ਸੀ ਨਹੀਂ ਲਾਉਣਾ ਰੋੜਾ 272 ਅਰੋੜਾ 272 ਕੈਪੀਟਲ ਲੈਟਰ ਚ ਭਰ ਕੇ ਆਪਣਾ 쿠ਪਨ ਕੋਡ ਲਾ ਸਕਦੇ ਆ 500 ਰੁਪਏ ਦਾ ਡਿਸਕਾਊਂਟ ਮਿਲ ਜੂਗਾ ਸਿੱਧੇ ਦਾ ਸਿੱਧਾ ਤੇ ਬਾਚ ਨੂੰ ਤੁਸੀਂ ਬਾਏ ਕਰ ਸਕਦੇ ਹੋ ਤਾਂ ਚਲੋ ਬੱਚਿਓ ਅੱਜ ਦਾ ਆਪਾਂ ਟੌਪਿਕ ਕਰਦੇ ਹਾਂ ਸਟਾਰਟ ਤੇ ਅੱਜ ਆਪਾਂ ਸਭ ਤੋਂ ਪਹਿਲਾਂ ਕੀ ਕਰਾਂਗੇ ਗੁਰਮਤ ਕਾਵ ਧਾਰਾ ਦੇ ਬਾਰੇ ਗੁਰਮਤ ਕਾਵ ਧਾਰਾ ਦੇ ਬਾਰੇ ਆਪਾਂ ਚਰਚਾ ਕਰਾਂਗੇ ਜਿਵੇਂ ਕਿ ਬੱਚਿਓ ਤੁਹਾਨੂੰ ਪਤਾ ਹੈ ਤੁਹਾਡੇ ਸਿਲੇਬਸ ਦੇ ਵਿੱਚ ਸਭ ਤੋਂ ਪਹਿਲਾ ਟੋਪਿਕ ਹੈ ਆਧੁਨਿਕ ਕਾਵ ਜਿਹਦੇ ਵਿੱਚ ਭਾਈ ਵੀਰ ਸਿੰਘ ਜੀ ਬਾਰੇ ਆਉਂਦੀ ਹੈ ਪੰਜਾਬ ਸਟੇਟ ਦਾ ਬਹੁਤ ਮਨਪਸੰਦ ਟੋਪਿਕ ਨੇ ਭਾਈ ਵੀਰ ਸਿੰਘ ਸ਼ੇਵ ਕੁਮਾਰ ਅਮਰਤਾ ਪ੍ਰੀਤਮ ਉਹਦਾ ਦੇ ਜਿਹੜੇ ਟੋਪਿਕ ਹੈ ਉਹ ਆਪਾਂ ਅਗਲੇ ਪੜਾਅ ਦੇ ਵਿੱਚ ਪੜ੍ਹਾਂਗੇ ਤੇ ਸਭ ਤੋਂ ਪਹਿਲਾਂ ਜਿਵੇਂ ਮੈਂ ਕਹਿਣਾ ਹੈ ਵੀ ਹਰ ਇੱਕ ਕੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਪਣੇ ਗੁਰੂਆਂ ਨੂੰ ਸਤਿਵਾਨਾਂ ਨੂੰ ਧਿਆਉਣਾ ਪੈਂਦਾ ਉਸੇ ਤਰੀਕੇ ਨਾਲ ਆਪਾਂ ਵੀ ਆਪਣੇ ਗੁਰੂ ਪੀਰਾਂ ਦਾ ਨਾਮ ਲੈਂਦੇ ਹੋਏ ਗੁਰਮਤ ਕਾਬ ਹੈ ਜਿਹੜਾ ਉਸ ਦੀ ਸ਼ੁਰੂਆਤ ਕੀਤੀ ਹੈ ਤੇ ਇਸ ਗੁਰਮਤ ਕਾਬਧਾਰਾ ਦੀ ਸ਼ੁਰੂਆਤ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਵੀ ਲੈਵਲ ਕੀ ਰਹੂਗਾ ਮਾਸਟਰ ਕੈਡਰ ਦੇ ਸੰਦਰਭ ਦੇ ਵਿੱਚ ਲੈਵਲ ਰੱਖਾਂਗੇ ਤੇ ਉਸ ਦੇ ਸੰਦਰਭ ਦੇ ਵਿੱਚ ਹੀ ਆਪਾਂ ਇੱਥੇ ਚਰਚਾ ਕਰਾਂਗੇ ਜਿਹੜੇ ਬੱਚੇ ਇੱਥੇ ਜੁੜੇ ਹੋਏ ਐ ਪੰਜਾਬ ਸਟੇਟ ਦੇ ਕਿਸੇ ਵੀ ਪੇਪਰ ਦੇ ਤਾਂ ਉਹ ਕਿਰਪਾ ਕਰਕੇ ਜੁੜੇ ਰਹੋ ਕਿਉਂ ਕਿ ਕਿਉਂਕਿ ਕੋਈ ਵੀ ਨੌਲੇਜ ਜਿੱਥੋਂ ਵੀ ਮਿਲਦੀ ਹੈ ਉੱਥੋਂ ਆਪਾਂ ਨੂੰ ਉਹ ਗ੍ਰਹਿਣ ਕਰ ਲੈਣੀ ਚਾਹੀਦੀ ਹੈ ਉਹ ਕਦੇ ਵੀ ਘਾਤਕ ਸਿੱਧ ਨਹੀਂ ਹੁੰਦੀ ਜਿੱਥੇ ਵੀ ਆਪਾਂ ਨੂੰ ਕੋਈ ਜਾਣਕਾਰੀ ਲਾਹੇਵੰਦ ਸਿੱਧ ਹੋਵੇ ਉਤੋਂ ਜਾਣਕਾਰੀ ਪਟੱਕਦੇ ਨੇ ਹਾਸਲ ਕਰ ਲੈਣੀ ਚਾਹੀਦੀ ਆ ਚਲੋ ਬੱਚਿਓ ਕਰਦੇ ਆਪਾਂ ਸਟਾਰਟ ਫਿਰ ਕੋਈ ਬੱਚਾ ਨਾ ਆਖੇ ਵੀ ਸਰ ਮੈਂ ਲੇਟ ਹੋ ਗਿਆ ਹੁਣ ਮੈਂ ਕਿੰਨੇ ਮਿੰਟ ਟਪਾ ਦਿੱਤੇ ਵੀ ਤਾਂ ਜੋ ਸਾਰੇ ਦੇ ਸਾਰੇ ਜਿਹੜੇ ਬੱਚੇ ਆ ਉਹ ਆਪਣੇ ਨਾਲ ਜੁੜ ਸਕਣ ਉਮੀਦ ਹੈ ਜਿਆਦਾ ਤੋਂ ਜਿਆਦਾ ਬੱਚੇ ਜੁੜ ਗਏ ਹੋਣਗੇ ਸਾਰੇ ਦੇ ਸਾਰੇ ਆਗੇ ਹੋਣਗੇ ਵਾਇਸ ਬਹੁਤ ਘੱਟ ਆ ਬੱਚੇ ਇੱਕ ਵਾਰੀ ਦੱਸਿਓ ਵਾਇਸ ਦਾ ਤਾਂ ਕਿਸੇ ਨੂੰ ਕੋਈ ਇਸ਼ੂ ਨਹੀਂ ਨਹੀਂ ਇਸ਼ੂ ਜੀ ਚਲੋ ਚਲੋ ਜੀ ਗੁਰਮਤ ਕਾਵਤਾਰਾ ਦੀ ਬਾਰੇ ਗੱਲ ਕਰਦੇ ਆ ਬੱਚੋ ਤਾਂ ਸਭ ਤੋਂ ਪਹਿਲਾਂ ਤੁਸੀਂ ਕੀ ਸਮਝਦੇ ਆਂ ਵੀ ਜਿਹੜੀ ਇਹ ਕਾਵਤਾਰਾ ਕਿੰਨਵੀਂ ਸਦੀ ਤੋਂ ਪ੍ਰਚਲਿਤ ਹੋਊਗੀ ਤਾਂ ਮੈਂ ਤੁਹਾਨੂੰ ਇੱਥੇ ਇਹ ਗੱਲ ਆਖਣਾ ਚਾਹਣਾ ਹੈ ਵੀ ਇਹ ਜਿਹੜੀ ਕਾਵਤਾਰਾ ਇਹ 12ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੱਕ ਪ੍ਰਚਲਿਤ ਹੋਈ ਹੈ 18ਵੀਂ ਸਦੀ ਤੱਕ ਪ੍ਰਚਲਿਤ ਹੋਈ ਹੈ ਬੱਚੋ ਇਹ ਜਿਹੜੀ ਕਾਵਤਾਰਾ ਹੈ ਸਰ ਜੀ ਇਹ ਕਿਵੇਂ ਹੋਈ ਹੈ 12ਵੀਂ ਸਦੀ ਤੋਂ ਕਿਵੇਂ ਹੋ ਗਈ ਆਪਣੇ ਗੁਰੂ ਸਬੰਧ ਤਾਂ ਆਪਾਂ ਕਹ ਦਈਏ 1469 ਤੋਂ ਚੱਲੇ ਨੇ ਫਿਰ 12ਵੀਂ ਸਦੀ ਤੋਂ ਇਸ ਦੀ ਸ਼ੁਰੂਆਤ ਕਿਵੇਂ ਹੋ ਗਈ ਥਾਰੀ ਅਸੀਂ ਨਹੀਂ ਇਹ ਗੱਲ ਮੰਨਦੇ ਤੁਸੀਂ ਇਸ ਗੱਲ ਦਾ ਸੰਕੇਤ ਦਿਓ ਤਾਂ ਮੈਂ ਕਿਹਾ ਬਿਲਕੁਲ ਆਪਾਂ ਇਸ ਦਾ ਸੰਕੇਤ ਦੇ ਦਿੰਨੇ ਆ ਤਾਂ ਕੀ ਸੰਕੇਤ ਬਣਦਾ ਜੀ ਦੇਖੋ ਆਪਾਂ ਨੂੰ ਪਤਾ ਹੈ ਵੀ ਆਪਣੇ ਭਗਤ ਹੋਏ ਐ, ਭਟ ਹੋਏ ਐ ਤੇ ਉਵੇਂ ਹੀ ਆਪਣੇ ਸੂਫੀ ਕਵੀ ਹੋਏ ਐ। ਜੇਕਰ ਆਪਾਂ ਇੱਕ ਭਗਤ ਦੀ ਜੈਦੇਵ ਦੀ ਗੱਲ ਕਰਦੇ ਆਂ ਤੇ ਦੂਸਰੀ ਸਾਈਡ ਆਪਾਂ ਆਪਣੇ ਸੂਫੀ ਕਵੀ ਦੂਸਰੀ ਸਾਈਡ ਆਪਣੇ ਸੂਫੀ ਕਵੀ ਬਾਬਾ ਫਰੀਦ ਜੀ ਦੀ ਗੱਲ ਕਰਦੇ ਆਂ। ਬਾਬਾ ਫਰੀਦ ਜੀ ਦੀ ਗੱਲ ਕਰਦੇ ਆਂ ਤਾਂ ਉਹਨਾਂ ਦੀ ਜਿਹੜੀ ਬਾਣੀ ਆ ਨਾ ਬੱਚਿਓ ਉਹਨਾਂ ਦੀ ਜਿਹੜੀ ਬਾਣੀ ਐ ਉਹ ਕਾਦੇ ਵਿੱਚ ਦਰਜ ਐ? ਆਦਿ ਗ੍ਰੰਥ ਵਿੱਚ ਦਰਜ ਹੈ ਆਦਿ ਗ੍ਰੰਥ ਵਿੱਚ ਦਰਜ ਹੈ ਉਹਨਾਂ ਦੀ ਬਾਣੀ ਜੈਦੇਵ ਆਪਣੇ ਭਗਤ ਹੋਇਆ ਤੇ ਸੂਫੀ ਕਵੀ ਬਾਬਾ ਸੇਖ ਫਰੀਦ ਜੀ ਜਿਨ੍ਹਾਂ ਨੂੰ ਸਾਹਿਤ ਦਾ ਪਿਤਾਮਾ ਕਿਹਾ ਜਾਂਦਾ ਹੈ ਉਹਨਾਂ ਦੀ ਬਾਣੀ ਆਦਿ ਗ੍ਰੰਥ ਵਿੱਚ ਦਰਜ ਹੈ ਤਾਂ ਕਰਕੇ ਆਪਾਂ ਇੱਥੇ ਕਹਿ ਸਕਦੇ ਹਾਂ ਵੀ ਜਿਹੜੀ ਗੁਰਮਤ ਘਾਵਤਾਰਾ ਉਹ ਕਿੰਨੀਵੀਂ ਸਦੀ ਤੋਂ ਪ੍ਰਚਲਿਤ ਹੋਈ ਹੈ 12ਵੀਂ ਸਦੀ ਤੋਂ ਅਸੀਂ ਹਜੇ ਵੀ ਨਹੀਂ ਸਮਝੇ ਸਰ ਕਿਉਂ ਕਿਉਂਕਿ ਜਿਹੜੇ ਜੈਦੇਵ ਹੈ ਤੇ ਬਾਬਾ ਫਰੀਦ ਜੀ ਹੈ ਬਾਬਾ ਫਰੀਦ ਜੀ ਦਾ ਜਨਮ 1173 ਈਸਵੀ ਦੇ ਵਿੱਚ ਹੋਇਆ ਸੀ ਤੇ 1266 ਦੇ ਵਿੱਚ ਉਹਨਾਂ ਦੀ ਡੈਥ ਹੋਈ ਸੀ ਜਾਨੀ ਕਿ ਜੇਕਰ ਗੱਲ रियो 12वीं 13वीं सदी ਦੇ ਕਬੀ ਹੋ ਗਏ ਤੇ ਤਾਂ ਕਰਕੇ ਮੈਂ ਤੁਹਾਨੂੰ ਗੱਲ ਕਹੀ ਹੈ ਵੀ 12वीं सदी ਤੋਂ ਲੈ ਕੇ 18वीं सदी ਤੱਕ ਜਿਹੜਾ ਸਿਰਜਨ ਹੋਇਆ ਕਿਹੜੀ ਕਾਵਿ ਧਾਰਾ ਦਾ ਹੋਇਆ ਗੁਰਮਤ ਕਾਵਿ ਧਾਰਾ ਦਾ ਹੋਇਆ ਫਿਰ ਗੱਲ ਤਾਂ ਇੱਥੋਂ ਤੱਕ ਅਸੀਂ ਸਮਝ ਗਏ ਸਾਰ ਹੁਣ ਸਾਨੂੰ ਇਹ ਦੱਸੋ ਵੀ ਗੁਰਮਤ ਕਾਵਿ ਧਾਰਾ ਦਾ ਮਤਲਬ ਕੀ ਹੈ ਗੁਰਮਤ ਤੁਸੀਂ ਦੇਖੋ ਗੁਰ ਪਲੱਸ ਮਤ ਗੁਰੂਆਂ ਦੁਆਰਾ ਦਿੱਤੀ ਗਈ ਮਤ ਆਪਣੇ ਗੁਰੂ ਸਹਿਬਾਨਾਂ ਨੇ ਆਪਾਂ ਨੂੰ ਮਤ ਕਿਹਦੇ ਅਨੁਸਾਰ ਦਿੱਤੀ ਆਪਣੀਆਂ ਰਚਨਾਵਾਂ ਅਨਸਾਰ ਆਪਣੀਆਂ ਲਿਖਤਾਂ ਅਨਸਾਰ ਤਾਂ ਆਪਾਂ ਕਹਿ ਸਕਦੇ ਹਾਂ ਵੀ ਗੁਰਮਤਿ ਕਾਵ ਦੇ ਵਿੱਚ ਆਪਾਂ ਇਹ ਸਾਰੀਆਂ ਚੀਜ਼ਾਂ ਪੜ੍ਹਨੀਆਂ ਵੀ ਆਪਣੇ ਗੁਰੂ ਸਹਬਾਨਾਂ ਨੇ ਆਪਾਂ ਨੂੰ ਕਿਵੇਂ-ਕਿਵੇਂ ਦੀ ਮਤ ਦਿੱਤੀ ਕੀ-ਕੀ ਕੁਝ ਆਪਾਂ ਨੂੰ ਕਰਨਾ ਚਾਹੀਦਾ ਹੈ ਕਿਵੇਂ ਦੇ ਰਾਹਾਂ ਤੇ ਆਪਾਂ ਨੂੰ ਚੱਲਣਾ ਚਾਹੀਦਾ ਹੈ ਤੇ ਕਿਵੇਂ ਦੇ ਰਾਹਾਂ ਤੇ ਚੱਲ ਕੇ ਆਪਾਂ ਨੂੰ ਸਫਲਤਾ ਦੀ ਯਾਤਰਾ ਕਰਨੀ ਚਾਹੀਦੀ ਹੈ ਤੇ ਇਹ ਹੀ ਗੱਲ ਬੱਚਿਓ ਆਪਾਂ ਕਾਹਦੇ 'ਚ ਪੜ੍ਹਨੀ ਹੈ ਗੁਰਮਤਿ ਕਾਵ ਧਾਰਾ ਦੇ ਵਿੱਚ ਪੜ੍ਹਨੀ ਹੈ ਇਤੋਂ ਤੱਕ ਗੱਲ ਸਾਰੀ ਦੀ ਸਾਰੇ ਸਮਝ ਗਈ ਹੋਣਗੀ ਵੀ ਇਹ ਸੰਕਲਪ ਜਿਹੜਾ ਗੁਰਮਤ ਘਾਵਤਾਰਾ ਦਾ 12ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੱਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਬੱਚਿਓ ਜੀਕਰ ਅਗਲੀ ਗੱਲ ਲਾਪਾ ਕਰਦੇ ਆਂ ਥੇ ਜਿਹੜੀ ਆਪਣੀ ਗੁਰਮਤਿ ਕਾਵਿ ਧਾਰਾ ਹੈ ਤੇ ਗੁਰਮਤਿ ਕਾਵਿ ਧਾਰਾ ਦਾ ਸੰਕੇਤ ਇੱਕੋ ਇੱਕ ਆਪਾਂ ਨੂੰ ਗ੍ਰੰਥ ਦਿੰਦਾ ਉਸ ਗ੍ਰੰਥ ਦਾ ਨਾਮ ਹੈ ਜਿਹੜਾ ਕਿ ਆਪਣੇ 11ਵੇਂ ਪਾਤਸ਼ਾਹ ਹੋਏ ਐ ਕਿਹੜੇ ਹੋਏ ਆਪਣੇ 11ਵੇਂ ਗੁਰੂ ਜੀ ਤਾਂ ਤੁਸੀਂ ਆਖੋਗੇ ਸਰ ਕੌਣ ਹੋਏ ਨੇ ਤਾਂ ਉਹ ਹੋਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਆਪਾਂ ਨੂੰ ਪਤਾ ਹੈ ਵੀ ਉਹ ਧਾਰਮਿਕ ਕੀ ਆ ਪੁਸਤਕ ਹੈ ਆਪਣੇ ਲਈ ਇਕ ਧਾਰਮਿਕ ਗ੍ਰੰਥ ਹੈ ਆਪਣੇ ਲਈ ਉਹਦੇ ਵਿੱਚ ਸਾਰੀ ਦੀ ਸਾਰੀ ਸਮੁੱਚੀ ਦੀ ਸਮੁੱਚੀ ਜਾਣਕਾਰੀ ਜਿਹੜੀ ਹੈ ਉਹ ਇਕੱਤਰਤ ਹੈ ਤਾਂ ਕਰਕੇ ਆਪਾਂ ਗੁਰਮਤ ਕਾਵਤਾਰਾਂ ਦੇ ਵਿੱਚ ਕੀ ਕੁਝ ਪੜਾਂਗੇ ਉਹਦੀ ਮੈਂ ਹੁਣੇ ਹੀ ਤੁਹਾਨੂੰ ਚਰਚਾ ਦੱਸ ਦੱਤਾ ਹੈ ਪਹਿਲੀ ਗੱਲ ਇਹ ਯਾਦ ਰੱਖਣੀ ਹੈ ਵੀ 12ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੱਕ ਇਹ ਕਾਵਤਾਰਾ ਜਿਹੜੀ ਪ੍ਰਚਲਿਤ ਰਹੀ ਹੈ ਕਹਿੰਦੇ 28 ਬਣ ਗਏ ਜੀ ਪੰਜਾਬੀ ਦੇ ਵਿੱਚੋਂ ਬਹੁਤ ਵਧੀਆ ਬੱਚੇ ਬਹੁਤ ਵਧੀਆ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਹੁਣ ਮਾਸਟਰ ਕਿਡਰ ਦੇ ਵੱਲ ਕੋਚ ਆ ਜਾਓ ਠੀਕ ਹੈ ਤਾਂ ਜੋ ਜਿਹੜੀ ਗੁਰਮਤ ਕਾਵ ਧਾਰਾ ਹੈ ਉਸ ਨੂੰ ਆਪਾਂ ਕੁਝ ਕੁ ਭਾਗਾਂ ਦੇ ਵਿੱਚ ਡਿਵਾਈਡ ਕਰ ਲੈਨੇ ਆ ਤਾਂ ਜੋ ਆਪਾਂ ਨੂੰ ਵਧੀਆ ਤਰੀਕੇ ਦੇ ਨਾਲ ਸਮਝ ਆ ਸਕੇ ਗੱਲ ਕਾਵ ਧਾਰਾ ਗੁਰਮਤ ਕਾਵ ਧਾਰਾ ਗੁਰਮਤ ਕਾਵ ਧਾਰਾ ਨੂੰ ਬੱਚਿਓ ਆਪਾਂ ਥੋੜੇ ਜਿ ਕੁਝ ਕੁ ਭਾਗਾਂ ਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦੇ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰਲੇ ਬਾਣੀਕਾਰ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਤੇ ਦੂਸਰਾ ਭਾਗ ਬੱਚਿਓ ਪਿਆਰਿਓ ਇਹ ਆ ਗਿਆ ਕਿਹੜਾ ਆ ਗਿਆ ਪਟ ਬਾਣੀਕਾਰ ਪਟ ਬਾਣੀਕਾਰ ਤੇ ਤੀਸਰਾ ਭਾਗ ਪਿਆਰੇ ਬੱਚੋ ਕਿਹੜਾ ਆ ਗਿਆ ਫਿਰ ਤੀਸਰਾ ਭਾਗ ਆ ਗਿਆ ਭਗਤ ਬਾਣੀਕਾਰ ਤੇ ਚੌਥਾ ਭਾਗ ਪਿਆਰੇ ਬੱਚੋ ਕਿਹੜਾ ਆ ਗਿਆ ਤਾਂ ਆਪਾਂ ਆਖਾਂਗੇ ਗੁਰੂ ਸਿੱਖ ਬਾਣੀਕਾਰ ਜਿਹੜੇ ਆਪਣੇ ਗੁਰ ਸੇਖਣੇ ਤੇ ਪੰਜਵਾਂ ਭਾਗ ਪਿਆਰੇ ਬੱਚਿਓ ਕਿਹੜਾ ਆ ਗਿਆ ਤਾਂ ਉਹ ਆ ਗਿਆ ਜੀ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਹਰਲੇ ਬਾਣੀਕਾਰ ਹੁਣ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਗੁਰਮਤਿ ਕਾਵਤਾਰਾ ਦੇ ਪੰਜ ਪੜਾਅ ਬਣਾਤੇ ਇਹ ਪੰਜ ਪੜਾਅ ਕਿਹੜੇ-ਕਿਹੜੇ ਨੇ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰਲੇ ਬਾਣੀਕਾਰ ਜਿਹੜੇ ਬਾਣੀਕਾਰਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਦਰਜ ਹੈ ਦੂਸਰੇ ਕਿਹੜੇ ਆ ਪਿਆਰੇ ਬੱਚਿਓ ਤਾਂ ਥੋੜਾ ਜਿਹਾ ਮੈਂ ਛੋਟਾ ਕਰ ਦਣਾ ਤਾਂ ਜੋ ਦੇਖ ਸਕੇ ਦੂਸਰੇ ਹੈਗੇ ਨੇ ਭੱਟ ਬਾਣੀਕਾਰ ਤੀਸਰੇ ਹੈਗੇ ਨੇ ਭਗਤ ਬਾਣੀਕਾਰ ਤੇ ਚੌਥੇ ਹੈਗੇ ਨੇ ਗੁਰਸਿੱਖ ਬਾਣੀਕਾਰ ਤੇ ਪੰਜਵੇਂ ਹੈਗੇ ਨੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰ ਹੁਣ ਇਹ ਮੈਂ ਪੰਜ ਪੜਾ ਕਿਉਂ ਮਣਾਏ ਤਾਂ ਜੋ ਆਪਾਂ ਨੂੰ ਵਧੀਆ ਤਰੀਕੇ ਦੇ ਨਾਲ ਸਮਝ ਆ ਸਕੇ ਪਿਆਰੇ ਬੱਚਿਓ ਤਾਂ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਅੰਦਰਲੇ ਬਾਣੀਕਾਰ ਜਿਹੜੇ ਹੈਗੇ ਆ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਐਡ ਕੀਤੀ ਗਈ ਹੈ ਕਿੰਨੇ ਗੁਰੂਆਂ ਦੀ ਬਾਣੀ ਐਡ ਕੀਤੀ ਗਈ ਹੈ ਤੁਹਾਨੂੰ ਪਤਾ ਹੈ 6 ਗੁਰੂਆਂ ਦੀ ਬਾਣੀ ਐਡ ਕੀਤੀ ਗਈ ਹੈ ਜੀ ਪਹਿਲੇ ਪੰਜ ਗੁਰੂ ਤੇ ਉਸ ਤੋਂ ਬਾਅਦ ਆਪਣੇ ਨੌਵੇਂ ਗੁਰੂ ਜਾਨੀ ਕਿ ਗੁਰੂ ਤੇਗ ਬਹਾਦਰ ਜੀ ਉਸ ਤੋਂ ਬਾਅਦ ਪਟ ਬਾਣੀ ਕਰ ਕਿਹੜੇ ਆ ਤਾਂ ਆਪਾਂ ਨੂੰ ਪਤਾ 11 ਪੱਟਾਂ ਦੀ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ 12 ਪੱਟਾਂ ਦੀ ਨਹੀਂ 11 ਪੱਟਾਂ ਦੀ ਕਿੰਨੇ ਸ਼ਬਦ ਦਰਜ ਹੈ ਸ਼ਬਦ ਨਹੀਂ ਜੀ ਇਹਨਾਂ ਦੇ ਦਰਜ ਇਹਨਾਂ ਦੇ ਤਾਂ ਕੀ ਦਰਜ ਨੇ ਸਵਈਏ ਦਰਜ ਨੇ ਕਿੰਨੇ ਸਵਈਏ ਦਰਜ ਨੇ 123 ਸਵਈਏ ਦਰਜ ਨੇ 11 ਪੱਟ ਕਿਹੜੇ ਜੀ ਪੱਟ ਹੁੰਦੇ ਆ ਜਿਵੇਂ ਆਪਾਂ ਕਹਿ ਦਈਏ ਪੱਟ ਨਾਲ ਪਟਵੱਲ ਪਟ ਹਰਵੰਸ ਤਾਂ ਉਹ ਸਾਰੇ ਹੀ ਪੱਟਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਤੇ ਉਵੇਂ ਹੀ ਭਗਤ ਤਾਂ ਆਪਾਂ ਕਹਿ ਸਕਦੇ ਹਾਂ 15 ਭਗਤਾਂ ਦੀ ਬਾਣੀ ਜਿਹੜੀ ਹੈਗੀ ਆ ਪਿਆਰੇ ਬੱਚੋ ਉਹ ਆਪਣੇ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ ਕਿੰਨੇ ਸ਼ਬਦ ਨੇ ਇਹਨਾਂ ਦੇ 349 ਸ਼ਬਦ ਇਹਨਾਂ ਦੇ ਬਾਣੀ ਦੇ ਵਿੱਚ ਦਰਜ ਨੇ ਤੇ ਟੋਟਲ 31 ਰਾਗਾਂ ਦੇ ਵਿੱਚੋਂ ਜੇਕਰ ਗੱਲ ਕਰਦੇ ਹਾਂ 22 ਰਾਗਾਂ ਦੇ ਵਿੱਚ ਭਗਤਾਂ ਦੀ ਬਾਣੀ ਹੀ ਦਰਜ ਹੈ ਉਸ ਤੋਂ ਬਾਅਦ ਗੁਰਸਿੱਖ ਕਿੰਨੇ ਆ ਗਏ ਜੀ ਤਾਂ ਚਾਰ ਗੁਰਸਿੱਖ ਦਰਜ ਨੇ ਚਾਰ ਗੁਰ ਸਿੱਖ ਚਾਰ ਗੁਰ ਸਿੱਖ ਦੇ ਵਿੱਚ ਸਰ ਕਿਹੜੇ ਕਿਹੜੇ ਆ ਗਏ ਤਾਂ ਉਹਦੇ ਵਿੱਚ ਆ ਗਏ ਆਪਣੇ ਸੱਤਾ ਬਲਵੰਡ ਜਿਹੜੇ ਕਿ ਗੁਰੂ ਅੰਗਦ ਦੇਵ ਜੀ ਦੇ ਕਿਸੇ ਟਾਈਮ ਰਾਗੀ ਹੁੰਦੇ ਸੀ ਮਸ਼ਹੂਰ ਸੱਤਾ ਬਲਵੰਡ ਭਾਈ ਮਰਦਾਨਾ ਜੀ ਤੇ ਉਸ ਤੋਂ ਬਾਅਦ ਭਾਈ ਸੁੰਦਰ ਜੀ ਜਿਨ੍ਹਾਂ ਦੀ ਇੱਕ ਬਾਣੀ ਦਰਜ ਹੈ ਸੱਦ ਜਿਹਦੇ ਵਿੱਚ ਸੱਦ ਦਾ ਮਤਲਬ ਹੁੰਦਾ ਹੈ ਪ੍ਰਭੂ ਵੱਲੋਂ ਬਲਾਵਾ ਆਉਣਾ ਜਾਨੀ ਕਿ ਪ੍ਰਭੂ ਵੱਲੋਂ ਬਲਾਵਾ ਬੁਲਾਉਣਾ ਜਦੋਂ ਕੋਈ ਬੰਦਾ ਮਰ ਜਾਂਦਾ ਕਿਸੇ ਦੀ ਡੈਥ ਹੋ ਜਾਂਦੀ ਹੈ ਤੇ ਉਹਦੇ ਭੋਗ ਤੇ ਜਿਹੜੀ ਬਾਣੀ ਪੜੀ ਜਾਂਦੀ ਉਹ ਸੱਦ ਹੈ ਤੇ ਉਹ ਕੀ ਦੀ ਬਾਣੀ ਹੈ ਭਾਈ ਸੁੰਦਰ ਜੀ ਦੀ ਹੈ ਭਾਈ ਸੁੰਦਰ ਜੀ ਕੌਣ ਨੇ ਇੱਕ ਗੁਰਸਿੱਖ ਨੇ ਚਾਰ ਗੁਰਸਿੱਖਾਂ ਦੀ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦਰਜ ਹੈ ਭਾਈ ਸੁੰਦਰ ਜੀ ਸੱਤਾ ਬਲਮਾਣਡ ਤੇ ਭਾਈ ਮਰਦਾਨਾ ਜੀ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਹਰਲੇ ਬਾਣੀਕਾਰ ਤਾਂ ਬਾਹਰਲੇ ਬਾਣੀਕਾਰ ਕਿਵੇਂ ਹੋਣਗੇ ਜਿਵੇਂ ਆਧਾਰਨ ਦੇ ਤੌਰ ਤੇ ਭਾਈ ਗਰਦਾਸ ਜੀ ਬਸ ਤਾਂ ਭਾਈ ਗਰਦਾਸ ਜੀ ਦੀਆਂ ਵਾਰਾਂ ਜਿਹੜੀਆਂ ਸੀਗੀਆਂ 38 ਵਾਰਾਂ ਸੀ ਤੇ ਉਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਆਪਾਂ ਕਹਿ ਦਈਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਹੁਤ ਵੱਡੀ ਦੇਣ ਆ ਉਹਨਾਂ ਦੀ ਪਰ ਜਿਹੜੀਆਂ ਉਹਨਾਂ ਦੀਆਂ ਕੋਈ ਵੀ ਵਾਰ ਆ ਜਿਹੜੀ ਉਹਨਾਂ ਦੀ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਡ ਨਹੀਂ ਕੀਤੀ ਗਈ ਤਾਂ ਕਰਕੇ ਆਪਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਹਰਲੇ ਬਾਣੀਕਾਰ ਮੰਨਦੇ ਆ ਤਾਂ ਇਹ ਜਿਹੜਾ ਚਾਰਟ ਹੈ ਬੱਚੋ ਗੁਰਮਤ ਘਾਵਤਾਰਾ ਨੂੰ ਪੜ੍ਹਾਂਗਾ ਜੀਦੇ ਅਕੋਰਡਿੰਗ ਆਪਾਂ ਸਾਰੇ ਦੇ ਸਾਰੇ ਪੜਾ ਦੇਖਾਂਗੇ ਵੀ ਸਭ ਤੋਂ ਪਹਿਲਾਂ ਕਿਹੜਾ ਪੁਆਇੰਟ ਪੜਨਾ ਹੈ ਉਸ ਤੋਂ ਬਾਅਦ ਕਿਹੜਾ ਪੜਨਾ ਹੈ ਉਸ ਤੋਂ ਬਾਅਦ ਕਿਹੜਾ ਪੜਨਾ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਠੀਕ ਹੈ ਬੱਚੋ ਤਾਂ ਇਹ ਗੱਲਾਂ ਦੀ ਆਪਾਂ ਚਰਚਾ ਕਰਨੀ ਹੈ ਤੇ ਹੁਣ ਆਪਣਾ ਕੀ ਬਣਦਾ ਵੀ ਆਪਣਾ ਹੁਣ ਇਹ ਫਰਜ਼ ਬਣਦਾ ਕਿ ਆਪਾਂ ਇਸ ਨੂੰ ਪੜਾ ਵਾਈ ਪੜਾ ਪੜਦੇ ਜਾਈਏ ਜਾਨੀ ਕਿ ਸਟੈਪ ਬਾਏ ਸਟੈਪ ਪੜ੍ਹਦੇ ਚਾਹੀਏ ਤਾਂ ਹੁਣ ਉਮੀਦ ਹੈ ਕਿ ਆਪਾਂ ਸਟਾਰਟ ਕਰਨ ਜੋਗੀ ਹੋ ਗਈਆਂ ਤੇ ਪਰ ਉਸ ਤੋਂ ਵੀ ਪਹਿਲਾਂ ਕੀ ਯਾਦ ਰੱਖਣਾ ਹੈ ਉਸ ਤੋਂ ਪਹਿਲਾਂ ਬੱਚਿਓ ਤੁਸੀਂ ਯਾਦ ਰੱਖਣਾ ਇਹਦਾ ਸਕਰੀਨ ਸ਼ਾਟ ਸਾਰੇ ਦੇ ਸਾਰਿਆਂ ਨੇ ਲੈ ਲਿਆ ਹੋਊਗਾ ਕਾਪੀਆਂ ਤੇ ਨੋਟ ਕਰ ਲਿਆ ਹੋਊਗਾ ਸਭ ਤੋਂ ਪਹਿਲਾਂ ਬੱਚੇ ਆਪਾਂ ਯਾਦ ਰੱਖਣਾ ਜਿੱਥੋਂ ਪੇਪਰ ਵਾਲਾ ਕੁਐਸਚਨ ਬਣਾਉਂਦਾ ਹੈ ਮਹੱਤਵਪੂਰਨ ਕਿਤਾਬਾਂ ਮਹੱਤਵਪੂਰਨ ਕਿਤਾਬਾਂ ਗੁਰਮਤਕਾਵ ਦੀਆਂ ਇੱਥੇ ਮੈਂ ਲਿਖ ਦਿੰਦਾ ਗੁਰਮਤਕ ਕਾਵ ਦੀਆਂ ਮਹੱਤਵਪੂਰਨ ਕਿਤਾਬਾਂ ਕਿਹੜੀਆਂ-ਕਿਹੜੀਆਂ ਬੱਚੋ ਤਾਂ ਉਹਨਾਂ ਦੀ ਥੋੜੀ ਜੀ ਆਪਾਂ ਇੱਥੇ ਚਰਚਾ ਕਰਾਂਗੇ ਉਸ ਤੋਂ ਬਾਅਦ ਆਪਣਾ ਆਪਣਾ ਟੌਪਿਕ ਗੁਰਮਤ ਕਾਵ ਨੂੰ ਸਟਾਰਟ ਕਰਾਂਗੇ ਠੀਕ ਹੈ ਬੱਚੋ ਤਾਂ ਪਹਿਲਾਂ ਕਿਤਾਬਾਂ ਦੇ ਬਾਰੇ ਲਿਖ ਲੈਣੇ ਆ ਜਿਹੜਾ ਕਿ ਪੇਪਰ ਦੇ ਵਿੱਚ ਬਹੁਤ ਬਾਹਰ ਹੀ ਪੁੱਛਿਆ ਜਾ ਰਿਹਾ ਸੁਖਵਿੰਦਰ ਇਨਸਾਨ ਸੱਤਾ ਬਲਵੰਡ ਭਾਈ ਮਰਦਾਨਾ ਭਾਈ ਸੁੰਦਰ ਜੀ ਹਾਂਜੀ ਬੱਚੇ ਬਿਲਕੁਲ ਚਾਰ ਗੁਰ ਸਿੱਖ ਸੀਗੇ ਹਾਂਜੀ 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 ਬਿਲਕੁਲ ਬਿਲਕੁਲ ਬਾਹੀ ਰਾਗ ਨਹੀਂ ਬੱਚੀ ਹਾਂ ਬਾਹੀ ਰਾਗਾਂ ਦੇ ਵਿੱਚ ਬਾਣੀ ਲਿਖੀ ਸੀ ਬਿਲਕੁਲ ਸਾਰੇ ਸਹੀ ਜਾ ਰਹੇ ਹਾਂ ਬਸ ਇਧਰ ਧਿਆਨ ਰੱਖਿਓ ਗੁਰਮਤਕਾਵ ਤਾਂ ਸਭ ਤੋਂ ਪਹਿਲੀ ਜਿਹੜੀ ਪੁਸਤਕ ਹੈ ਉਹ ਆਪਾਂ ਕਿਹੜੀ ਲਿਖ ਸਕਦੇ ਹਾਂ ਗੁਰੂ ਗ੍ਰੰਥ ਗੁਰੂ ਗ੍ਰੰਥ ਵਿਸ਼ਵਾਸ ਕੋਸ਼ ਗੁਰੂ ਗ੍ਰੰਥ ਵਿਸ਼ਵਾਸ ਕੋਸ਼ ਇਹ ਕਿੰਨਾ ਦੁਬਾਰਾ ਲਿਖੀ ਗਈ ਆ ਜੀ ਤਾਂ ਇਹ ਲਿਖੀ ਗਈ ਆ ਡਾਕਟਰ ਰਤਨ ਸਿੰਘ ਜੱਗੀ ਦੁਆਰਾ ਡਾਕਟਰ ਰਤਨ ਸਿੰਘ ਜੱਗੀ ਦੁਆਰਾ ਉਸ ਤੋਂ ਬਾਅਦ ਬੱਚੋ ਜੇਕਰ ਆਪਾਂ ਗੱਲ ਕਰਦੇ ਆਂ ਦੂਸਰੀ ਪੁਸਤਕ ਦੇ ਬਾਰੇ ਤਾਂ ਦੂਸਰੀ ਪੁਸਤਕ ਜਿਹੜੀ ਆ ਗੁਰੂ ਗ੍ਰੰਥ ਇਹਨਾਂ ਨੂੰ ਆਪਾਂ ਯਾਦ ਵੀ ਕਰਾਂਗੇ ਨਾਲ ਦੀ ਨਾਲ ਗੁਰੂ ਗ੍ਰੰਥ ਸੰਕੇਤ ਕੋਸ਼ ਇਹ ਕਿੰਨਾਂ ਦੁਆਰਾ ਲਿਖੀ ਗਈ ਹੈ ਤਾਂ ਇਹ ਲਿਖੀ ਗਈ ਹੈ ਜੀ ਪਿਆਰਾ ਸਿੰਘ ਪਦਮ ਦੁਆਰਾ ਪਿਆਰਾ ਸਿੰਘ ਪਦਮ ਦੁਆਰਾ ਤੇ ਤੀਸਰਾ ਜਿਹੜਾ ਗ੍ਰੰਥ ਹੈ ਬੱਚਿਓ ਆਪਾਂ ਯਾਦ ਰੱਖਣਾ ਹੈ ਉਹ ਹੈਗਾ ਜੀ ਆਪਣੇ ਕੋਲੇ ਸ਼੍ਰੀ ਗੁਰੂ ਗ੍ਰੰਥ ਕੋਸ਼ ਕਿਹਦੇ ਦੁਆਰਾ ਲਿਖਿਆ ਗਿਆ ਤਾਂ ਇਹ ਲਿਖਿਆ ਗਿਆ ਜੀ ਭਾਈ ਵੀਰ ਸਿੰਘ ਦੁਆਰਾ ਪਾਈ ਵੀਰ ਸਿੰਘ ਬਿਲਕੁਲ ਜੀ ਜਿਹੜੇ ਆਧੁਨਿਕ ਸਾਹਿਦ ਦੇ ਪਿਤਾਮਾ ਮੰਨੇ ਜਾਂਦੇ ਐ ਜਿਹੜੇ ਪ੍ਰਕਿਰਤੀ ਦੇ ਪਿਤਾਮਾ ਮੰਨੇ ਜਾਂਦੀ ਐ ਜਿਹੜੇ ਪ੍ਰਕਿਰਤੀਵਾਦੀ ਕੁਦਰਤਵਾਦੀ ਕਵੀ ਮੰਨੇ ਜਾਂਦੇ ਐ ਜਿਹੜੇ ਨਿੱਕੀ ਨਿੱਕੀ ਕਵਿਤਾ ਦੇ ਪਿਤਾਮਾ ਮੰਨੇ ਜਾਂਦੇ ਐ ਨਿੱਕੀ ਕਹਾਣੀ ਦੇ ਪਿਤਾਮਾ ਮੰਨੇ ਜਾਂਦੇ ਐ ਪੰਜਾਬੀ ਦਾ ਸ਼ੇਖ ਸਪੀਅਰ ਕਿਹਨੂੰ ਕਿਹਾ ਜਾਂਦਾ ਪਾਈ ਵੀਰ ਸਿੰਘ ਨੂੰ ਕਿਹਾ ਜਾਂਦਾ ਤਾਂ ਉਹਨਾਂ ਨੇ ਕਿਹੜਾ ਗ੍ਰੰਥ ਲਿਖਿਆ ਜੀ ਸ਼੍ਰੀ ਗੁਰੂ ਗ੍ਰੰਥ ਕੋਸ਼ ਲਿਖਿਆ ਤਾਂ ਇਹ ਤਿੰਨੇ ਹੀ ਗ੍ਰੰਥਾਂ ਦੇ ਵਿੱਚੋਂ ਆਪਾਂ ਨੂੰ ਪ੍ਰਸ਼ਨ ਬਣ ਜਾਂਦਾ ਹੈ ਤੇ ਉਸ ਤੋਂ ਬਾਅਦ ਜੇਕਰ ਆਪਾਂ ਬੜਮੁਲੀ ਜੀ ਯੋਗਦਾਨੀ ਦੇ ਵਿੱਚ ਜਾਣਕਾਰੀ ਦੇ ਵਿੱਚ ਥੋੜਾ ਜਿਹਾ ਯੋਗਦਾਨ ਹੋਰ ਪਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਇਹਦੇ ਵਿੱਚ ਤੁਸੀਂ ਇਹ ਦੱਸੋ ਵੀ ਗਰਵਾਣੀ ਦੀ ਵਿਆਕਰਨ ਦੀ ਪੁਸਤਕ ਕਿਹਨੇ ਲਿਖੀ ਹੋਊਗੀ ਗਰਵਾਣੀ ਵਿਆਕਰਨ ਦੀ ਪੁਸਤਕ ਜਾਨੀ ਕਿ ਗਰਵਾਣੀ ਦਾ ਪਾਨਨੀ ਕਿਹਨੂੰ ਕਿਹਾ ਜਾਂਦਾ ਹੈ ਪਾਨਨੀ ਜਾਨੀ ਕਿ ਪਾਨਨੀ ਉਹ ਬੰਦਾ ਸੀ ਜਿਹਨੇ ਸੰਸਕ੍ਰਿਤ ਦੀ ਸਾਰੀਆਂ ਭਾਸ਼ਾਵਾਂ ਦੀ ਵਿਆਕਰਨ ਬਣਾਈ ਸੀ ਤਾਂ ਆਪਾਂ ਗੁਰਵਾਣੀ ਦਾ ਪਾਨਨੀ ਕਿਸ ਬੰਦੇ ਨੂੰ ਕਹਿਣਿਆ ਤਾਂ ਆਪਾਂ ਕਹਿਣਿਆ ਪਿਆਰੇ ਬੱਚਿਓ ਡਾਕਟਰ ਸਾਹਿਬ ਸਿੰਘ ਨੂੰ ਕਿਹਨੂੰ ਕਹਿਣਿਆ ਡਾਕਟਰ ਸਾਹਿਬ ਸਿੰਘ ਨੂੰ ਤਾਂ ਇਹ ਗੱਲ ਨੂੰ ਤੁਸੀਂ ਯਾਦ ਰੱਖਣਾ ਹੈ ਤੇ ਫਿਰ ਇੱਕ ਕਿਤਾਬ ਆਪਾਂ ਥੋੜੀ ਜਿਹੀ ਹੋਰ ਲੇਖ ਲੈਣੀ ਆ ਕਈ ਵਾਰੀ ਪੇਪਰ ਦੇ ਵਿੱਚ ਉਹ ਵੀ ਆ ਜਾਂਦੀ ਆ ਬਾਹਲੀਆਂ ਆਪਾਂ ਕਿਤਾਬਾਂ ਯਾਦ ਨਹੀਂ ਰੱਖਣੀਆਂ ਜਿਹੜੀਆਂ ਪੇਪਰ ਦੇ ਵਾਸਤੇ ਜ਼ਰੂਰੀ ਆ ਉਹੀ ਕਿਤਾਬਾਂ ਆਪਾਂ ਇੱਥੇ ਯਾਦ ਰੱਖਣੀਆਂ ਪ੍ਰਾਚਨ ਬੀੜਾਂ ਸੌਰੀ ਪ੍ਰਾਚਨ ਬੀੜਾਂ ਬਾਰੇ ਇੱਕ ਪੁਸਤਕ ਲਿਖੀ ਸੀ ਇੱਕ ਗ੍ਰੰਥ ਲਿਖਿਆ ਸੀ ਪਰਾਚੀਨ ਬੀੜਾਂ ਪਰਾਚੀਨ ਬੀੜਾਂ ਕਿਹੜੀਆਂ ਹੁੰਦੀਆਂ ਸਰ ਤਾਂ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਿੰਨ ਬੀੜਾਂ ਪੰਗਾ ਜਾਂਦੀਆਂ ਪਹਿਲੀ ਬੀੜ ਜਿਹੜੀ ਕਿ ਆਦਿ ਗ੍ਰੰਥ ਸਾਹਿਬ ਲਿਖੀ ਗਏ ਗੁਰੂ ਅਰਜਨ ਦੇਵ ਜੀ ਦੁਆਰਾ ਤੇ ਭਾਈ ਗੁਰਦਾਸ ਜੀ ਦੁਆਰਾ ਲਿਖਤ ਕੀਤੀ ਗਈ ਪਹਿਲੀ ਬੀੜ ਹੋਗੀ ਉਸ ਨੂੰ ਕਰਤਾਰਪੁਰ ਵਾਲੀ ਬੀੜ ਵੀ ਕਿਹਾ ਜਾਂਦਾ ਹੈ ਦੂਸਰੀ ਵੀੜ ਕਿਹੜੀ ਹੋਗੀ ਜੀ ਭਾਈ ਬੰਨੋ ਵਾਲੀ ਹੋਗੀ ਭਾਈ ਬੰਨੋ ਨੂੰ ਜਿਲਤ ਬੰਨਣ ਦਾ ਕੰਮ ਸੌਂਪਿਆ ਗਿਆ ਸੀ ਆਦ ਗ੍ਰੰਥ ਸਾਹਿਬ ਦੀ ਤੇ ਉਹ ਆਪਣਾ ਗ੍ਰੰਥ ਲਾਹੌਰ ਵੀਕੇ ਲੈ ਕੇ ਜਾ ਰਿਹਾ ਸੀ ਤੇ ਰਾਸਤੇ ਦੇ ਵਿੱਚ ਉਸਨੇ ਨਕਲ ਕਰਕੇ ਉਸ ਦੀ ਕਾਪੀ ਕਰਤੀ ਤੇ ਇੱਕ ਵੀੜ ਹੈ ਜਿਹੜੀ ਉਹ ਭਾਈ ਬੰਨੋ ਵਾਲੀ ਮੰਨੀ ਜਾਂਦੀ ਹੈ ਜਿਸ ਨੂੰ ਖਾਰੀ ਵੀੜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਤੇ ਤੀਸਰੀ ਜਿਹੜੀ ਵੀੜ ਹੈਗੀ ਆ ਪੇਰੇ ਵਿੱਚੋਂ ਉਹ ਹੈਗੀ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਵੀੜ ਜਿਹੜੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਕੇ ਭਾਈ ਮਣੀ ਸਿੰਘ ਤੋਂ ਲਿਖਵਾਈ ਸੀ ਤਾਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਤਿੰਨ ਵੀੜਾਂ ਨੇ ਤੇ ਜਿਹੜੀ ਪ੍ਰਾਚਨ ਵੀੜਾਂ ਦੀ ਜਾਣਕਾਰੀ ਹੈ ਉਹ ਕਿਹੜੀ ਪੁਸਤਕ ਦੇ ਵਿੱਚ ਮਿਲਦੀ ਹੈ ਪ੍ਰਾਚਨ ਵੀੜਾ ਪੁਸਤਕ ਦੇ ਵਿੱਚੋਂ ਮਿਲਦੀ ਹੈ ਤੇ ਇਹ ਕਿਹਨੇ ਲਿਖੀ ਹੈ ਤਾਂ ਇਹ ਲਿਖੀ ਹੈ ਜੀ ਜੀਬੀ ਸਿੰਘ ਨੇ ਕਿਹਨੇ ਲਿਖੀ ਹੈ ਜੀਵੀ ਸਿੰਘਣੀ ਬਿਲਕੁਲ ਬੱਚੋ ਕਿਹਨੇ ਲਿਖਿਆ ਜੀ ਜੀਵੀ ਸਿੰਘਣੀ ਲਿਖੀਆ ਉਵੇਂ ਹੀ ਜੇਕਰ ਆਪਾਂ ਗੱਲ ਕਰਦੇ ਆਂ ਵੀ ਗੁਰੂ ਗ੍ਰੰਥ ਸਾਹਿਬ ਤੇ ਆਪਾਂ ਨੂੰ ਵੀ ਬਹੁਤ ਵਿਸ਼ਵਾਸ ਹੈ ਵਿਸ਼ਵਾਸ ਕਿਹਨੂੰ ਸਭ ਤੋਂ ਜ਼ਿਆਦਾ ਸੀ ਡਾਕਟਰ ਰਤਨ ਸਿੰਘ ਜੱਗੀ ਨੂੰ ਸੀਗਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਲ ਸੰਕੇਤ ਕਿਹਨੇ ਕੀਤਾ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਆਪਾਂ ਜਾਣਾ ਸਾਰਿਆਂ ਨੇ ਤੇ ਜਦੋਂ ਸੰਕੇਤ ਕਰਤਾ ਸੀ ਤਾਂ ਉਹ ਪ੍ਰਭੂ ਪਰਮੇਸ਼ਰ ਦਾ ਕੀ ਬਣ ਗਿਆ ਸੀ ਪਿਆਰਾ ਬਣ ਗਿਆ ਸੀ ਬਸ ਇਸ ਤਰੀਕੇ ਨਾਲ ਆਪਾਂ ਛੋਟੀ ਛੋਟੀ ਟ੍ਰਿਕ ਬਣਾ ਕੇ ਇਹ ਸਾਰੀਆਂ ਚੀਜ਼ਾਂ ਨੂੰ ਯਾਦ ਕਰਦੇ ਜਾਣਾ ਬਸ ਇੱਥੇ ਜਾ ਕੇ ਆਪਣੀ ਜਿਹੜੀ ਗੱਲ ਬਣ ਚੁੱਕੀ ਠੀਕ ਹੈ ਬੱਚੋ ਤੇ ਇਥੋਂ ਤੱਕ ਜਿਹੜੀਆਂ ਆਪਾਂ ਗੱਲਾਂ ਯਾਦ ਰੱਖਣੀਆਂ ਫਿਰ ਹੌਲੀ ਹੌਲੀ ਸਹਿਜ ਸੱਜੀ ਆਪਾਂ ਸਾਰੀਆਂ ਹੀ ਚੀਜ਼ਾਂ ਨੂੰ ਯਾਦ ਕਰਦੇ ਜਾਵਾਂਗੇ ਤੇ ਇੱਕ ਦਿਨ ਇਦਾਂ ਦਾ ਆਜੂ ਤੁਸੀਂ ਅਖੋਗੇ ਸਰ ਮਾਸਟਰ ਕਿਡ ਦਾ ਸਿਲੇਬਸ ਪੂਰਾ ਹੋ ਗਿਆ ਮੈਂ ਹੋ ਗਿਆ ਤੁਸੀਂ ਤਖੋਗੇ ਸਾਰਾ ਕੁਝ ਸਾਡੇ ਯਾਦ ਹੋ ਗਿਆ ਮੈਂ ਕਹਾਂ ਭਾਈ ਹੋ ਗਿਆ ਤਾਂ ਬਿਲਕੁਲ ਕੋਈ ਔਖਾ ਕੰਮ ਨਹੀਂ ਹੁੰਦਾ ਆਪਣੇ ਵਾਸਤੇ ਕੋਈ ਵੀ ਔਖਾ ਕੰਮ ਨਹੀਂ ਹੈ ਜਿਵੇਂ ਸਿਆਣੇ ਕੀ ਕਹਿੰਦੇ ਆ ਕਹਿੰਦੇ ਮਿਰਗਾ ਤੇਰੇ ਅੰਦਰ ਹੀ ਕਸਤੂਰੀ ਹੁੰਦੀ ਹੈ ਹਰ ਕੰਮ ਦੇ ਲਈ ਮਿਹਨਤ ਬੜੀ ਜ਼ਰੂਰੀ ਹੁੰਦੀ ਹੈ ਕੀ ਕਹਿੰਦਾ ਮਿਰਗਾ ਤੇਰੇ ਅੰਦਰ ਹੀ ਕਸਤੂਰੀ ਹੁੰਦੀ ਹੈ ਹਰ ਕੰਮ ਦੇ ਲਈ ਮਿਹਨਤ ਬੜੀ ਜ਼ਰੂਰੀ ਹੁੰਦੀ ਹੈ ਮੂਮਤੀਆਂ ਤੇ ਕਦੇ ਕੜਾਹੇ ਰਿਜਦੇ ਨਹੀਂ ਹੁੰਦੇ ਸੂਰਜ ਕਦੇ ਵਿਕਣੀਆਂ ਦੇ ਵਿੱਚੋਂ ਭਿੱਜਦੇ ਨਹੀਂ ਹੁੰਦੇ ਕੀ ਕਿਹਾ ਸੂਰਜ ਕਦੇ ਵੀ ਗਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਤਾਂ ਕਰਕੇ ਆਪਣਾ ਕੰਮ ਹੈ ਨਿਰੰਤਰ ਮਿਹਨਤ ਕਰਦੇ ਜਾਣਾ ਇਹ ਸਮਾਂ ਬਹੁਤ ਬਵਾਨ ਹੈ ਸਮਾਂ ਬਹੁਤ ਗਤੀਸ਼ੀਲ ਹੈ ਇਹ ਬਦਲਦਾ ਰਹਿੰਦਾ ਹੈ ਚਲੋ ਆਪਾਂ ਗੱਲਾਂ ਦੇ ਵਿੱਚ ਵਕਤ ਨਾ ਜਾਇਆ ਕਰਦੇ ਹੋਈ ਕਰਦੇ ਆਂ ਜੀ ਅੱਗੇ ਵੱਲ ਨੂੰ ਜਿਹੜਾ ਅੱਗੇ ਵੱਲ ਨੂੰ ਆਪਾਂ ਪੜਾਵ ਵਧਾਉਣੇ ਆ ਆਪਣਾ ਤਾਂ ਇੱਥੋਂ ਤੱਕ ਦੱਸੋ ਇੱਕ ਵਾਰੀ ਸਭ ਨੂੰ ਕਲੀਅਰ ਹੋ ਗਿਆ ਤਾਂ ਬੱਚੋ ਦੇਖੋ ਸਭ ਤੋਂ ਪਹਿਲਾਂ ਪੱਕੀ ਕੀਤਾ ਨੋਟ ਕਰਦੇ ਜਾਓ ਬਸ ਸਭ ਤੋਂ ਪਹਿਲਾਂ ਦੇਖਿਆ ਵੀ ਗੁਰਮਤਿ ਕਾਵਤਾਰਾ ਦੇ ਵਿੱਚ ਕੀ ਹੁੰਦਾ ਹੈ ਗੁਰੂਆਂ ਦੁਆਰਾ ਦਿੱਤੀ ਗਈ ਮਤ ਜਿਹੜੀ ਕਿ ਗੁਰੂਆਂ ਨੇ ਆਪਾਂ ਨੂੰ ਮਤ ਬਖਸ਼ੀ ਹੈ ਉਸ ਦੇ ਵਿੱਚ ਦੇਖਿਆ 12ਵੀਂ ਤੇ 18ਵੀਂ ਸਦੀ ਤੱਕ ਪ੍ਰਚਲਿਤ ਜਿਹੜਾ ਹੈਗਾ ਗੁਰਮਤਿ ਕਾਵਤਾਰਾ ਹੋਈ ਹੈ ਉਹ ਕਿਉਂ ਹੋਈ ਆ ਕਿਉਂਕਿ ਭਗਤ ਜੈਦੇਵ ਤੇ ਸੂਫੀ ਬਾਬਾ ਫਰੀਦ ਜੀ ਜਿਹੜੇ ਹੈਗੇ ਆ ਉਹ ਕਿਹੜੀ ਸਦੀ ਦੇ ਕਵੀ ਹੈ 12ਵੀਂ ਸਦੀ ਦੇ ਤੁਸੀਂ ਆਖਿਆ ਕਿਵੇਂ ਮੰਨ ਲਗੇ ਮੈਂ ਕਿਹਾ 1177 ਚ ਜਨਮ ਹੋਇਆ 1266 ਦੇ ਵਿੱਚ ਮੌਤ ਹੋਈ ਜਿਹਨੂੰ ਸਦੀ ਨਹੀਂ ਕੱਟਣੀ ਆਉਂਦੀ 11 ਤੋਂ ਬਾਅਦ ਕੀ ਹੁੰਦਾ 12 ਤੇ 12 ਤੋਂ ਬਾਅਦ ਕੀ ਹੁੰਦਾ 13 ਤੇ 12ਵੀਂ ਤੇ 13ਵੀਂ ਸਦੀ ਦੇ ਜਿਹੜੇ ਹੈਗੇ ਆ ਬਾਬਾ ਫਰੀਦ ਜੀ ਕਵੀ ਹੈ ਤੇ ਉਹਨਾਂ ਦੀ ਬਾਣੀ ਆਦ ਗ੍ਰੰਥ ਦੇ ਵਿੱਚ ਦਰਜ ਆ ਤਾਂ ਕਰਕੇ ਆਪਾਂ ਇਹ ਗੱਲ ਕੀਤੀ ਹੈ ਉਸ ਤੋਂ ਬਾਅਦ ਬੱਚਿਓ ਆਪਾਂ ਦੇਖਿਆ ਵੀ ਗੁਰਮਤਿ ਕਾਵਤਾਰਾਂ ਨੂੰ ਆਪਾਂ ਪੰਜ ਪੜਾਵਾਂ ਦੇ ਵਿੱਚ ਡਿਵਾਈਡ ਕਰਕੇ ਸਮਝ ਸਕਦੇ ਹਾਂ ਪੰਜ ਪੜਾ ਕਿਹੜੇ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰਲੇ ਬਾਣੀ ਕਰ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਐਡ ਹੈ ਉਸ ਤੋਂ ਬਾਅਦ ਭੱਟ ਬਾਣੀ ਕਰ ਭਗਤ ਬਾਣੀ ਕਰ ਗੁਰਸੇਖ ਬਾਣੀ ਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਹਰਲੇ ਬਾਣੀ ਕਰ ਜਿਵੇਂ ਭਾਈ ਗੁਰਦਾਸ ਜੀ ਦੀਆਂ ਬਾਹਰ ਉਮੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਛੇ ਗੁਰੂਆਂ ਦੀ ਬਾਣੀ ਦਰਜ ਹੈ 11 ਭੱਟਾਂ ਦੇ 123 ਸਵਈਏ ਵੀ ਇਹਨਾਂ ਨੇ ਸਵਈਆ ਜਿਹੜਾ ਕਾਪ ਦੇ ਵਿੱਚ ਲਿਖਿਆ ਭਗਤ ਬਾਣੀ ਕਰ 15 ਪਗ ਦਾ 349 ਸ਼ਬਦ ਹੈ ਉਸ ਤੋਂ ਬਾਅਦ ਗੁਰਸੇਖ ਜਿਹੜੇ ਹੈਗੇ ਆਚਾਰ ਹੈ ਸੱਤਾ ਬਲਵੰਡ ਭਾਈ ਸੁੰਦਰ ਜੀ ਤੇ ਭਾਈ ਮਰਦਾਨਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਹਰਲੇ ਬਾਣੀ ਕਰ ਭਾਈ ਗੁਰਦਾਸ ਜੀ ਤਾਂ ਇੱਥੋਂ ਤੱਕ ਆਪਾਂ ਗੱਲ ਕੀਤੀ ਉਸ ਤੋਂ ਬਾਅਦ ਆਪਾਂ ਗੱਲ ਕੀਤੀ ਹੈ ਗੁਰਮント ਕਾਪ ਦੀਆਂ ਮਹੱਤਵਪੂਰਨ ਕਿਤਾਬਾਂ ਦੀ ਜਿਨ੍ਹਾਂ ਦੇ ਵਿੱਚੋਂ ਆਪਾਂ ਨੂੰ ਪ੍ਰਸ਼ਨ ਬਣ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਵਿਸ਼ਵਾਸ ਕੋਸ਼ ਉਸ ਤੋਂ ਬਾਅਦ ਗੁਰੂ ਗ੍ਰੰਥ ਸੰਗੀਤ ਕੋਸ਼ ਸ੍ਰੀ ਗੁਰੂ ਗ੍ਰੰਥ ਕੋਸ਼ ਉਸ ਤੋਂ ਬਾਅਦ ਗਰਵਾਣੀ ਵਿਆਕਰਨ ਉਸ ਤੋਂ ਬਾਅਦ ਪ੍ਰਾਚਨ ਵੀਡਾਂ ਦੇ ਬਾਰੇ ਠੀਕ ਹੈ ਬੱਚੋ ਤਾਂ ਇਤੋਂ ਤੱਕ ਆਪਾਂ ਗੱਲ ਕਰ ਲਈ ਮਾਸਟਰ ਕੈਡਰ ਦੀ ਫੀਸ ਕਿੰਨੀ ਹੈ ਜੇਕਰ ਬੱਚੇ ਤੁਸੀਂ ਹੁਣ ਬਾਏ ਕਰਦੇ ਹੋ ਤਾਂ ਤੁਹਾਨੂੰ ਵੈਲਿਡਿਟੀ ਹੈ ਜਿਹੜੀ ਉਹ ਦੁੱਗਣੀ ਮਿਲ ਜੂਗੀ ਸਾਲ ਦੀ ਵੈਲਿਡਿਟੀ ਮਿਲੂਗੀ ਇੱਕ ਮਿੰਟ ਦੇ ਵਿੱਚ ਜੇਕਰ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂ 6000 ਰੁਪਏ ਤੁਹਾਨੂੰ ਫੀਸ ਪਊਗੀ ਵੈਸੇ 6500 ਰੁਪਏ ਫੀਸ ਹੈ ਮਾਸਟਰ ਕਿਟਾ ਦੀ 6 ਮਹੀਨਿਆਂ ਦਾ ਸਿਲੇਬਸ ਹੈ ਬੱਚੇ 1 ਮਹੀਨੇ ਦੀ 1000 ਰੁਪਏ ਪਊਗੀ ਤੇ ਤੁਸੀਂ ਆਪਣੀ ਸਿੱਖਿਆ ਨੂੰ ਸਿੱਖਿਆ ਦਾ ਕੋਈ ਮੁੱਲ ਨਹੀਂ ਹੁੰਦਾ ਤੇ 1000 ਰੁਪਏ ਨਹੀਂ ਦੇ ਸਕਦੇ ਜਾਨੀ ਕਿ 6500 ਰੁਪਏ ਫੀਸ ਰੱਖੀ ਗਈ ਹੈ ਉਹਦੇ ਉੱਪਰ ਜੇਕਰ ਤੁਸੀਂ ਅਰੋੜਾ 272 쿠ਪਨ ਕੋਡ ਪ੍ਰਯੋਗ ਚੱਲਿਆਉਣੇ ਹੋ ਤਾਂ ਉਹ ਫੀਸ ਘਟ ਕੇ ਯੋਗੀ ਤਾਂ ਤੁਸੀਂ ਕੋਰਸ ਨੂੰ ਬਾਏ ਜਲਦੀ ਜਲਦੀ ਕਰ ਲਿਓ ਜੇਕਰ ਕੋਈ ਵੀ ਜਾਣਕਾਰੀ ਪ੍ਰਾਪਤ ਕਰਨੀ ਹੈ 8822010101 ਨੰਬਰਾਂ 'ਤੇ ਤੁਸੀਂ ਕਰ ਸਕਦੇ ਆ ਵੈਸੇ ਨੰਬਰ ਆ ਜਿਹੜੇ ਸਕਰੀਨ ਤੇ ਚੱਲ ਰਹੀ ਹੈ ਠੀਕ ਹੈ ਰੋੜਾ 272 ਯਾਨੀ ਕਿ 272 ਤੁਸੀਂ 쿠ਪਨ ਕੋਡ ਲਗਾ ਕੇ 500 ਰੁਪਏ ਦਾ ਡਿਸਕਾਊਂਟ ਪਾ ਸਕਦੇ ਹੋ ਤੇ ਬੈਚ ਨੂੰ ਜਲਦੀ ਜੁਆਇਨ ਕਰ ਲਓ ਫਿਰ ਆਰਾਮ ਦੇ ਨਾਲ ਪੜਾਂਗੇ ਨਜ਼ਾਰੇ ਨਾਲ ਪੜਾਂਗੇ ਕਿਉਂ ਕਾਲੀ ਕਰਨੀ ਹੈ ਜੀ ਪੇਪਰ ਆ ਗਿਆ ਦੇਖੀ ਕੁਦੇ ਡੱਡੂ ਜਦੋਂ ਆਉਂਦੇ ਆ ਮੀਂਹ ਤੋਂ ਬਾਹਰ ਆਉਂਦੇ ਆ ਤੇ ਉਦੋਂ ਭੀੜ ਵੀ ਬਹੁਤ ਵੱਜ ਜਾਂਦੀ ਹੈ ਤੁਹਾਨੂੰ ਪਤਾ ਹੈ ਤੇ ਆਪਾਂ ਆਰਾਮ ਦੇ ਨਾਲ ਤਿਆਰੀ ਕਰਨੀ ਹੈ ਵਧੀਆ ਤਰੀਕੇ ਨਾਲ ਤਿਆਰੀ ਕਰਦੇ ਜਾਵਾਂਗੇ ਜਲਦੀ ਜਲਦੀ ਬੈਚ ਨੂੰ ਜੁਆਇਨ ਕਰ ਲਓ ਠੀਕ ਹੈ ਬੱਚੋ ਹਾਂ ਜੀ ਹਾਂ ਉਹਦੀ ਵੀ ਤਿਆਰੀ ਕਰਵਾਵਾਂਗੇ ਬਹੁਤ ਜਲਦੀ ਚਲੋ ਬੱਚੋ ਅੱਗੇ ਵਧਦੇ ਆ ਤਾਂ ਅੱਗੇ ਆਪਾਂ ਗੱਲ ਕਰਨੀ ਹੈ ਜੀ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਠੀਕ ਹੈ ਤਾਂ ਇਹਨਾਂ ਦਾ ਜਿਹੜਾ ਸਮਾਂਕਾਲਾ ਬੱਚਿਓ ਉਹ ਹੈਗਾ 1469 ਤੋਂ ਲੈ ਕੇ 1539 ਤੱਕ ਦਾ ਇਹਨਾਂ ਦੇ ਬਾਰੇ ਆਪਾਂ ਚਰਚਾ ਕਰਾਂਗੇ ਗੁਰੂ ਨਾਨਕ ਦੇਵ ਜੀ ਬਾਰੇ ਤੁਹਾਨੂੰ ਸਾਰਾ ਕੁਝ ਪਤਾ ਹੈ ਵੀ ਉਹਨਾਂ ਦਾ ਜਨਮ ਰਾਏ ਭੋਇ ਦੀ ਤਲਵੰਡੀ ਵਿਖੇ ਹੋਇਆ ਜਿਸ ਨੂੰ ਅੱਜ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਇਹ ਵੀ ਗੱਲ ਤੁਹਾਨੂੰ ਵਧੀਆ ਤਰੀਕੇ ਨਾਲ ਪਤਾ ਹੈ ਉਸ ਤੋਂ ਬਾਅਦ ਜੇਕਰ ਆਪਾਂ ਬੱਚੇ ਥੋੜੀ ਜਿਹੀ ਅੱਗੇ ਗੱਲ ਵਧਾਉਣੇ ਉਹਨਾਂ ਦੇ ਮਾਤਾ ਜੀ ਦਾ ਨਾਮ ਤ੍ਰਿਪਤਾ ਦੇਵੀ ਸੀ ਪਿਤਾ ਜੀ ਦਾ ਨਾਮ ਜੇਕਰ ਗੱਲ ਕਰੀਏ ਮਹਿਤਾ ਕਾਲੂ ਸੀ ਜਿਨ੍ਹਾਂ ਨੂੰ ਕਲਿਆਣ ਦਾਸ ਵੀ ਕਿਹਾ ਜਾਂਦਾ ਉਸ ਤੋਂ ਬਾਅਦ ਪਤਨੀ ਦਾ ਨਾਮ ਬੀਬੀ ਸਲਖਣੀ ਜੀ ਸੀਗਾ ਉਸ ਤੋਂ ਬਾਅਦ ਮੂਲਚੰਦ ਦੀ ਉਸ ਪੁੱਤਰੀ ਸੀਗੇ ਉਸ ਤੋਂ ਬਾਅਦ ਉਹਨਾਂ ਦੇ ਪੁੱਤਰ ਦਾ ਨਾਮ ਬਾਬਾ ਸ਼੍ਰੀਚੰਦ ਦੇ ਬਾਬਾ ਲਖਮੀਦਾਸ ਸੀਗਾ ਬਾਬਾ ਸ਼੍ਰੀਚੰਦ ਜੀ ਨੇ ਅੱਗੇ ਅਦਾਸੀ ਸਿੱਖ ਡੇਰੇ ਦੀ ਸਥਾਪਨਾ ਕੀਤੀ ਸੀ ਇਹ ਗੱਲ ਵੀ ਤੁਹਾਨੂੰ ਪਤਾ ਹੈ ਭੈਣ ਦਾ ਨਾਮ ਸੀਗਾ ਬੀਬੀ ਨਾਨਕੀ ਉਸ ਤੋਂ ਬਾਅਦ ਜੇਕਰ ਹੋਰ ਅੱਗੇ ਗੱਲ ਕਰਦੇ ਹਾਂ ਤਾਂ ਅੱਗੇ ਦੀ ਅੱ ਜਾਂਦੀ ਹੈ ਉਸ ਤੋਂ ਬਾਅਦ ਮੇਨ ਗੱਲ ਜਿਹੜੀ ਹੈਗੀ 1499 ਦੇ ਵਿੱਚ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਕਾਲੀ ਬਈ ਨਦੀ ਦੇ ਵਿੱਚ ਗਿਆਨ ਦੀ ਪ੍ਰਾਪਤੀ ਹੋਈ ਸੀ ਉਸ ਤੋਂ ਬਾਅਦ ਉਹਨਾਂ ਨੇ ਅਦਾਸੀਆਂ ਸ਼ੁਰੂ ਕਰਤੀਆਂ ਸੀ ਚਾਰ ਉਹਨਾਂ ਨੇ ਅਦਾਸੀਆਂ ਕੀਤੀਆਂ ਸੀ ਜੀਵਨ ਦੇ ਬਾਰੇ ਵੀ ਸਮੁੱਚੀ ਜਿਹੜੀ ਚਰਚਾ ਹੈ ਉਹ ਆਪਾਂ ਕਰਾਂਗੇ ਪਰ ਕਰਾਂਗੇ ਕਦੋਂ ਜਦੋਂ ਇਹ ਟਾਪਿਕ ਆਪਣਾ ਖਤਮ ਹੋ ਗਿਆ ਪਹਿਲਾਂ ਆਪਣਾ ਜਿਹੜਾ ਮੇਡ ਮੁੱਦਾ ਹੈ ਉਹ ਕੀ ਹੈ ਬੱਚਿਓ ਰਚਨਾਵਾਂ ਦਾ ਜਿੱਥੋਂ ਆਪਾਂ ਨੂੰ ਕੁਐਸਚਨ ਪ੍ਰਸ਼ਨ ਬਣਦੇ ਜਿਆਦਾ ਜਿਆਦਾ ਚਾਂਸ ਨੇ ਠੀਕ ਹੈ ਤਾਂ ਆਪਾਂ ਪਹਿਲਾਂ ਗੱਲ ਸਟਾਰਟ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਦੀ 1469 ਦੇ ਵਿੱਚ ਜਨਮ ਹੋਇਆ 1539 ਦੇ ਵਿੱਚ ਜੋਤੀ ਜੋਤ ਸਮਾਇਆ ਕਿੱਥੇ ਸਮਾਇਆ ਕਰਤਾਰਪੁਰ ਕਿੰਨੇ ਸਮਾਏ 18 ਸਾਰੇ ਹੌਲੀ ਹੌਲੀ ਆਪਾਂ ਗੱਲਾਂ ਅੱਗੇ ਕਰਦੇ ਜਾਵਾਂਗੇ ਸਭ ਤੋਂ ਜੇਕਰ ਪਹਿਲਾਂ ਰਚਨਾ ਦੀ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਸਭ ਤੋਂ ਪਹਿਲਾਂ ਜਿਹੜੀ ਰਚਨਾ ਬੱਚਿਓ ਉਹ ਸਟਾਰਟ ਹੁੰਦੀ ਹੈ ਕੀੜਿਸ ਤੋਂ ਸਟਾਰਟ ਹੁੰਦੀ ਹੈ ਜਪ ਤੋਂ ਹੁੰਦੀ ਹੈ ਜਾਨੀ ਕਿ ਜਪਜੀ ਸਾਹਿਬ ਤੋਂ ਸਟਾਰਟ ਹੁੰਦੀ ਹੈ ਠੀਕ ਹੈ ਪਹਿਲਾਂ ਜੇਕਰ ਆਪਾਂ ਗੁਰੂ ਨਾਨਕ ਦੇਵ ਜੀ ਬਾਰੇ ਗੱਲ ਕਰਦੇ ਆਂ ਵੀ ਗੁਰੂ ਨਾਨਕ ਦੇਵ ਜੀ ਕਿੱਦਾਂ ਦੀ ਵਿਰਤੀ ਦੇ ਮਾਲਕ ਸੀਗੇ ਤਾਂ ਉਹਨਾਂ ਦੇ ਬਾਰੇ ਆਪਾਂ ਚਰਚਾ ਕਰਦੇ ਆਂ ਵੀ ਗੁਰੂ ਨਾਨਕ ਦੇਵ ਜੀ ਜਿਹੜੇ ਸੀਗੇ ਬਲੱਖਣ ਕਿਉਂ ਸੀ ਦੁਨੀਆ ਦੇ ਕੋਲੋਂ ਤਾਂ ਆਪਾਂ ਕਹਾਂਗੇ ਉਹਨਾਂ ਦਾ ਜਿਹੜਾ ਬਲੱਖਣਾ ਵਾਲਾ ਦ੍ਰਿਸ਼ਟੀਕੋਣ ਸੀ ਜਾਨੀ ਕਿ ਉਹਨਾਂ ਦਾ ਮੂਲ ਕੰਮ ਕੀ ਸੀਗਾ ਜਿਹੜੇ ਉਸ ਸਮੇਂ ਦਾ ਸਮਕਾਲੀਨ ਸਮਾਜ ਸੀਗਾ ਉਸ ਦੀਆਂ ਦ੍ਰਿਸ਼ਟੀਆਂ ਜਾਨੀ ਕਿ ਆਪਾਂ ਕਹ ਦਨੇ ਆ ਉਸ ਦੇ ਵਿੱਚ ਰੀਤੀ ਰਿਵਾਜ ਕਦਰਾਂ ਕੀਮਤਾਂ ਇੰਨੀਆਂ ਵੱਧ ਗਈਆਂ ਸੀ ਕਿ ਲੋਕ ਬਹਿਮਾ ਪਰਮਾਂ ਦੇ ਵਿੱਚ ਪੈਂਦੇ ਜਾ ਰਹੇ ਸੀ ਤੇ ਉਹਨਾਂ ਦਾ ਨਮੀਨ ਜਿਹੜਾ ਦ੍ਰਿਸ਼ਟੀਕੋਣ ਸੀ ਉਹ ਉਗੜਿਆ ਤੇ ਉਹ ਉਗੜਨ ਤੋਂ ਬਾਅਦ ਉਹਨਾਂ ਨੇ ਆਪਣਾ ਨਮੀਨ ਦ੍ਰਿਸ਼ਟੀਕੋਣ ਕਾਦੇ ਵਿੱਚ ਸ਼ਾਮਲ ਕਰਤਾ ਆਪਣੀਆਂ ਰਚਨਾਵਾਂ ਦੇ ਵਿੱਚ ਸ਼ਾਮਲ ਕਰਤਾ ਤਾਂ ਆਪਾਂ ਕਹਿ ਸਕਦੇ ਆ ਵੀ ਗੁਰੂ ਨਾਨਕ ਦੇਵ ਜੀ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇਵ ਜੀ ਨਮੀਨ ਨਮੀਨ ਮਤਲਬ ਨਮਾ ਤੇ ਪ੍ਰਾਤਨ ਮਤਲਬ ਪ੍ਰਣਾ ਨਮੀਨ ਦ੍ਰਿਸ਼ਟੀ ਦੇ ਮਾਰਕ ਸੀਗੀ ਨਮੀਨ ਦ੍ਰਿਸ਼ਟੀ ਦੇ ਮਾਰਕ ਸੀ ਜੇਕਰ ਅੱਗੇ ਗੱਲ ਕਰਦੇ ਆ ਤੇ ਉਹਨਾਂ ਦਾ ਉਹਨਾਂ ਦਾ ਨਮੀਨ ਦ੍ਰਿਸ਼ਟੀਕੋਣ ਹੀ ਨਮੀਨ ਦ੍ਰਿਸ਼ਟੀਕੋਣ ਹੀ ਉਹਨਾਂ ਨੇ ਆਪਣੀਆਂ ਰਚਨਾਵਾਂ ਵਿੱਚ ਦਰਜ ਕਰ ਦਿੱਤਾ ਠੀਕ ਹੈ ਬੱਚਿਓ ਤਾਂ ਜਿਹੜੀਆਂ ਆਪਾਂ ਰਚਨਾਵਾਂ ਪੜਾਂਗੇ ਉਹ ਗੁਰੂ ਨਾਨਕ ਦੇਵ ਜੀ ਦਾ ਕੀ ਹੈ ਨਮੀਨ ਦ੍ਰਿਸ਼ਟੀਕੋਣ ਹੈ ਜਾਨੀ ਕਿ ਜਿਹੜਾ ਉਹਨਾਂ ਨੂੰ ਨਵਾਂ ਦ੍ਰਿਸ਼ਟੀਕੋਣ ਝਲਕਿਆ ਕੇਸ ਦੇ ਪ੍ਰਤੀ ਸਮਕਾਲੀਨ ਸਮਾਜ ਦੇ ਪ੍ਰਤੀ ਸਮਕਾਲੀਨ ਸਮਾਜ ਕਿਹੜਾ ਵੀ ਜਦੋਂ ਇੱਕ ਸਾਈਡ ਆਪਣੇ ਗੁਰੂ ਨਾਨਕ ਦੇਵ ਜੀ ਹੈ ਤੇ ਦੂਸਰੀ ਸਾਈਡ ਉਹਨਾਂ ਦੇ ਸਮਕਾਲੀਨ ਵਾਲੀ ਸਾਈਡ ਬਰਾਬਰ ਕਿਦਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਉਸ ਦੇ ਲਈ ਉਹਨਾਂ ਨੇ ਆਪਣਾ ਨਵੀਨ ਦ੍ਰਿਸ਼ਟੀਕੋਣ ਪ੍ਰਗਟ ਕੀਤਾ ਤੇ ਉਸ ਦੇ ਸੰਦਰਭ ਦੇ ਵਿੱਚ ਹੀ ਉਹਨਾਂ ਨੇ ਆਪਣਾ ਜਿਹੜਾ ਸਾਰਾ ਕੁਝ ਹੈ ਉਹ ਆਪਣੀਆਂ ਰਚਨਾਵਾਂ ਦੇ ਵਿੱਚ ਦਰਜ ਕਰ ਦਿੱਤਾ ਤੁਹਾਨੂੰ ਇਹ ਵੀ ਗੱਲ ਪਤਾ ਹੋਣੀ ਚਾਹੀਦੀ ਹੈ ਵੀ ਗੁਰੂ ਨਾਨਕ ਦੇਵ ਜੀ ਨੇ ਤਿੰਨ ਚੀਜ਼ਾਂ ਆਪਣੇ ਨਾਲੋਂ ਕਦੇ ਵੱਖਣੀ ਕੀਤੀਆਂ ਉਹ ਕਿਹੜੀ ਸੀ ਕਲਮ ਸੀ ਦਵਾਤ ਸੀ ਤੇ ਕਾਪੀ ਜਾਨੀ ਕਿ ਨੋਟਬੁੱਕ ਸੀ ਜਿਹੜੀ ਕਾਪੀ ਨੂੰ ਅੱਜ ਆਪਾਂ ਲਘੋ ਕੇ ਲਿਆਉਣੇ ਐ ਜਿਹੜੀ ਕਾਪੀ ਨੂੰ ਆਪਾਂ ਜੇਬ ਚ ਪਾ ਕੇ ਲਿਆਉਣੇ ਐ ਜਿਹੜੀ ਕਾਪੀ ਨੂੰ ਆਪਾਂ ਡੱਬ ਦੇ ਵਿੱਚ ਟੰਕ ਕੇ ਲਿਆਉਣੇ ਐ ਉਸ ਕਾਪੀ ਉਸ ਕਲਮ ਤੇ ਉਸ ਸਾਹੀ ਦੀ ਦਿਵਾਤ ਨੂੰ ਉਹਨਾਂ ਨੇ ਕਦੇ ਵੀ ਅਲੱਗ ਨਹੀਂ ਕੀਤਾ ਸੀ ਤੇ ਉਹਨਾਂ ਤਿੰਨ ਚੀਜ਼ਾਂ ਦੀ ਬਦੌਲਤ ਹੀ ਉਹਨਾਂ ਤਿੰਨ ਚੀਜ਼ਾਂ ਦੀ ਮਦਦ ਦੇ ਨਾਲ ਹੀ ਜਿਹੜਾ ਉਹਨਾਂ ਦਾ ਨਮੀਨ ਦ੍ਰਿਸ਼ਟੀਕੋਣ ਸੀ ਉਹ ਆਪਣੇ ਤੱਕ ਪਿਆਰੇ ਬੱਚਿਓ ਪਹੁੰਚਿਆ ਤੇ ਉਹੀ ਦ੍ਰਿਸ਼ਟੀਕੋਣ ਆਪਾਂ ਹਾਸਲ ਕਰਨ ਵਾਸਤੇ ਉਨ੍ਹਾਂ ਦੀਆਂ ਰਚਨਾਵਾਂ ਪੜ੍ਹਨੀਆਂ ਤੇ ਇੱਕ ਸਭ ਤੋਂ ਵੱਡੀ ਗੱਲ ਵੀ ਆਪਾਂ ਨੂੰ ਸਰਕਾਰ ਦਾ ਧੰਨਵਾਦ ਕਰਨਾ ਚਾਹੀਦਾ ਵੀ ਆਪਾਂ ਨੂੰ ਗੁਰੂ ਸੇਵਾਨਾਂ ਬਾਰੇ ਆਪਣੇ ਗੁਰੂ ਸੇਵਾਨਾਂ ਦੇ ਬਾਰੇ ਜਾਣਣ ਦਾ ਮੌਕਾ ਮਿਲ ਰਿਹਾ ਹੈ ਤੇ ਇਹ ਮੌਕਾ ਤਾਂ ਹੀ ਮਿਲ ਰਿਹਾ ਹੈ ਜੇਕਰ ਉਹਨਾਂ ਨੇ ਆਪਾਂ ਨੂੰ ਇਸ ਸਿਲੇਬਸ ਦੇ ਵਿੱਚ ਆਪਣੇ ਗੁਰੂ ਸਿਵਾਣ ਦਿੱਤੇ ਹੈ ਨਹੀਂ ਮੈਂ ਸ਼ਰਤ ਨਾਲ ਕਹਿ ਸਕਦਾ ਵੀ 100 ਦੇ ਵਿੱਚੋਂ 5 ਬੰਦੇ ਤਾਂ ਭਲਾਂ ਦੀ ਪੜ ਲੈਣਾ ਬਾਕੀ ਅੱਧਾ ਜਿਹੜਾ ਇਤਿਹਾਸ ਹੈ ਉਹ ਉਹ ਤੋਂ ਬਾਂਝਾ ਹੀ ਰਹਿ ਗਿਆ ਤਾਂ ਕਰਕੇ ਪੰਜਾਬ ਸਟੇਟ ਦੇ ਵਿੱਚ ਵੀ ਇਸ ਨੂੰ ਹੁਣ ਐਡ ਕੀਤਾ ਗਿਆ ਮਾਸਟਰ ਕੁਕੀਡਰ ਵਾਲੇ ਬੱਚੇ ਆਪਾਂ ਕਹਿ ਸਕਦੇ ਹਾਂ ਸੈਂਸੀਅਰ ਹੈ ਉਹ ਸਾਰੇ ਦੇ ਸਾਰੇ ਪੜਦੇ ਆ ਪਰ ਪੰਜਾਬ ਸਟੇਟ ਵਾਸਤੇ ਜਿਹੜਾ ਮੌਕਾ ਹੈ ਉਹ ਬਲੱਖਣਤਾ ਪ੍ਰਾਪਤ ਹੋ ਸਕਦਾ ਹੈ ਜਿਹੜਾ ਇਹ ਮੌਕਾ ਹੈ ਠੀਕ ਹੈ ਬੱਚੋ ਤਾਂ ਕਰਦੇ ਬੱਚਿਓ ਆਪਾਂ ਸਟਾਰਟ 95 ਮਾਰਕਸ ਆ ਗਏ ਜੀ ਬਿਲਕੁਲ ਬੱਚੇ ਗੁੱਡ ਬਹੁਤ ਵਧੀਆ ਆਫਲਾਈਨ ਕਦੋਂ ਸਟਾਰਟ ਕਰੂੰਗੀ ਬੱਚੇ ਬਹੁਤ ਜਲਦ ਆਫਲਾਈਨ ਸਟਾਰਟ ਕਰਾਂਗੇ ਤਾਂ ਗੁਰੂ ਨਾਨਕ ਦੇਵ ਜੀ ਬਾਰੇ ਗੱਲ ਕਰਦੇ ਆ ਤਾਂ ਉਹਨਾਂ ਦੀ ਜਿਹੜੀ ਪਹਿਲੀ ਰਚਨਾ ਬੱਚਿਓ ਉਹ ਕਿਹੜੀ ਹੈ ਜਪਾ ਕਿਹੜੀ ਹੈ ਜਪਾ ਜਿਸ ਨੂੰ ਜਿਹੜੇ ਆਪਾਂ ਭਗਤ ਹੈ ਉਸ ਨੂੰ ਕੀ ਕਹਨੇ ਆ ਜਪਜੀ ਸਾਹਿਬ ਕਹਨੇ ਆ ਕੀ ਕਹਨੇ ਆ ਜੀ ਜਪਜੀ ਸਾਹਿਬ ਤਾਂ ਆਪਾਂ ਗੱਲ ਕਰਾਂਗੇ ਜੀ ਜਪਜੀ ਸਾਹਿਬ ਦੀ ਸਭ ਤੋਂ ਪਹਿਲਾਂ ਬੱਚਿਓ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੁਸੀਂ ਬਹੁਤ ਜਣਿਆਂ ਨੇ ਜਪਜੀ ਸਾਹਿਬ ਦਾ ਪਾਠ ਵੀ ਕੀਤਾ ਹੋਊਗਾ ਜਿੰਨੀ ਨਿਮਰਤਾ ਦੇ ਨਾਲ ਆਪਾਂ ਇਸ ਟੌਪਿਕ ਨੂੰ ਪੜ੍ਹਾਂਗੇ ਉਨੀ ਹੀ ਸਹਜਤਾ ਦੇ ਨਾਲ ਆਪਾਂ ਨੂੰ ਇਹ ਗੱਲਾਂ ਜਿਹੜੀਆਂ ਬੱਚਿਓ ਸਮਝ ਆਉਣਗੀਆਂ ਠੀਕ ਹੈ ਤਾਂ ਆਪਾਂ ਗੱਲ ਕਰਦੇ ਹਾਂ ਵੀ ਜਪਜੀ ਸਾਹਿਬ ਦੇ ਬਾਰੇ ਹੁਣ ਉਹਨਾਂ ਦੀ ਸਭ ਤੋਂ ਪਰਮੋਖ ਤੇ ਸ਼ਾਕਰ ਰਚਨਾ ਮੰਨੀ ਜਾਂਦੀ ਹੈ ਹਰ ਇੱਕ ਰਾਈਟਰ ਦੀ ਪਿਆਰੀ ਬੱਚਿਓ ਇੱਕ ਸ਼ਾਕਰ ਰਚਨਾ ਜ਼ਰੂਰ ਹੁੰਦੀ ਹੈ ਜਿਹੜੀ ਕਿ ਉਹਨਾਂ ਦੀ ਫੇਮਸ ਰਚਨਾ ਹੁੰਦੀ ਹੈ ਤੇ ਜਪਜੀ ਸਾਹਿਬ ਕੀ ਉਹਨਾਂ ਦੀ ਇੱਕ ਸ਼ਾਕਰ ਰਚਨਾ ਮੰਨੀ ਜਾਂਦੀ ਹੈ ਜੇਕਰ ਆਪਾਂ ਅੱਗੇ ਹੋਰ ਜਪਜੀ ਸਾਹਿਬ ਦੇ ਸੰਦਰਭ ਦੇ ਵਿੱਚ ਪਿਆਰੇ ਬੱਚਿਓ ਗੱਲ ਕਰਨਾ ਚਾਹੁੰਦੇ ਹਾਂ ਵੀ ਜਪਜੀ ਸਾਹਿਬ ਉਹਨਾਂ ਨੇ ਲਿਖੀ ਕਿਉਂ ਸਰ ਤੁਸੀਂ ਇਹ ਤਾਂ ਕਹਤਾ ਵੀ ਉਹਨਾਂ ਨੇ ਆਪਣਾ ਬਲਖਣਤਾ ਵਾਲਾ ਦ੍ਰਿਸ਼ਟੀਕੋਣ ਨਵੀਨ ਦ੍ਰਿਸ਼ਟੀਕੋਣ ਇਹਦੇ ਵਿੱਚ ਚਲਕਾਇਆ ਯਾਨੀ ਕਿ ਇਹਦੇ ਵਿੱਚ ਸ਼ਾਮਲ ਕੀਤਾ ਜਪਜੀ ਸਾਹਿਬ ਦੇ ਵਿੱਚ ਫਿਰ ਉਹਨਾਂ ਨੇ ਲਿਖਿਆ ਕਿ ਜਬਰੀ ਸਾਹਿਬ ਦੇ ਵਿੱਚ ਪਿਆਰੇ ਬੱਚਿਓ ਉਹਨਾਂ ਨੇ ਇਹ ਗੱਲ ਕਹੀ ਵੀ ਜਿਹੜਾ ਮਨੁੱਖ ਹੈ ਮਨੁੱਖ ਜਾਂ ਜੀਵ ਮਨੁੱਖ ਜਾਂ ਜੀਵ ਜਿਹੜਾ ਆਪਣਾ ਮਨੁੱਖ ਹੈ ਜਾਂ ਜੀਵ ਹੈ ਉਹ ਭਗਤੀ ਦੇ ਮਾਰਗ ਤੇ ਚੱਲਦਿਆਂ ਹੋયા ਜਾਨੀ ਕਿ ਮਨੁੱਖ ਜਾਂ ਜੀਵ ਭਗਤੀ ਦੇ ਮਾਰਗ ਤੇ ਚੱਲਦਿਆਂ ਹੋયા ਚਲਦਿਆਂ ਹੋਇਆਂ ਕਿਵੇਂ ਆਪਣਾ ਅਧਿਆਤਮਿਕ ਵਿਕਾਸ ਕਰਦਾ ਹੈ ਕਿਵੇਂ ਆਪਣਾ ਅਧਿਆਤਮਿਕ ਵਿਕਾਸ ਕਰਦਾ ਹੈ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਾਦੇ ਵਿੱਚ ਲਿਖੀਆਂ ਜੀ ਆਪਣੀ ਰਚਨਾ ਦੇ ਵਿੱਚ ਲਿਖੀਆਂ ਤੇ ਉਸ ਰਚਨਾ ਦਾ ਨਾਮ ਕੀ ਹੈ ਪਿਆਰੀ ਬੱਚਿਓ ਜਪਜੀ ਸਾਹਿਬ ਹੈ ਤੇ ਜੇਕਰ ਜਪਜੀ ਸਾਹਿਬ ਦੇ ਜਿੰਨੀਆਂ ਵੀ ਗੱਲਾਂ ਕਰੀ ਜਾਈਏ ਉਹਨੀਆਂ ਹੀ ਘਟ ਹੈ ਜੇਕਰ ਆਪਾਂ ਜਪਜੀ ਸਾਹਿਬ ਬਾਣੀ ਦੇ ਬਾਰੇ ਗੱਲ ਕਰਦੇ ਹਾਂ ਤਾਂ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਥੋਂ ਤੱਕ ਕਵੀਆਂ ਨੇ ਕਹਿ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਖੇਪ ਰੂਪ ਹੈ ਸੰਕੇਪ ਰੂਪ ਕਿਹੜੀ ਬਾਣੀ ਹੈ ਪਿਆਰੀ ਬੱਚੋ ਤਾਂ ਕਿਹੜੀ ਹੈ ਜਪਜੀ ਸਾਹਿਬ ਹੈ ਜਾਨੀ ਕਿ ਇਤਿਹਾਸਕਾਰਾਂ ਨੇ ਇਥੋਂ ਤੱਕ ਕਹਿ ਦਿੱਤਾ ਵੀ ਜੇਕਰ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਜਾਨਣਾ ਹੈ ਤਾਂ ਉਹ ਉਸ ਦੇ ਬਾਰੇ ਜਾਣਨ ਦੇ ਲਈ ਆਪਾਂ ਨੂੰ ਜਪਜੀ ਸਾਹਿਬ ਦਾ ਪਾਠ ਕਰਨਾ ਜ਼ਰੂਰੀ ਹੈ ਜਪਜੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕੇਪ ਰੂਪ ਹੈ ਤਾਂ ਇਹ ਵੀ ਗੱਲ ਬਹੁਤ ਵੱਡੀ ਹੈ ਜਾਨੀ ਕਿ ਕੇਂਦਰੀ ਭਾਵ ਹੈ ਤੇ ਪਿਆਰੇ ਬੱਚੋ ਕਈ ਸਾਰੇ ਵਿਗਿਆਨੀਆਂ ਨੇ ਕਈ ਸਾਰੇ ਵਿਦਵਾਨਾਂ ਨੇ ਕਈ ਸਾਰੇ ਆਪਣੇ ਲਿਖਾਰੀਆਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਜਪਜੀ ਸਾਹਿਬ ਕਿ ਜਪਜੀ ਸਾਹਿਬ ਨੂੰ ਕੀ ਕਿਹਾ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਹਾ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਹਾ ਜਾਂਦਾ ਹੁਣ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਉੱਠਿਆ ਹੋਊਗਾ ਬੀ ਕੁੰਜੀ ਤਾਂ ਭਾਈ ਗਰਦਾਸ ਜੀ ਦੀਆਂ ਵਾਰਾਂ ਨੂੰ ਕਿਹਾ ਜਾਂਦਾ ਹੈ ਪਰ ਪਿਆਰਿਓ ਇਹ ਗੱਲ ਯਾਦ ਰੱਖਿਓ ਪਿਆਰੇ ਬੱਚਿਓ ਇਹ ਗੱਲ ਯਾਦ ਰੱਖਿਓ ਵੀ ਜਿਹੜੀ ਉਹ ਕੁੰਜੀ ਕਿਹਾ ਜਾਂਦਾ ਹੈ ਭਾਈ ਗਰਦਾਸ ਜੀ ਆਪਾਂ ਕਿਹੜੇ ਭਾਗ ਦੇ ਵਿੱਚ ਸ਼ਾਮਲ ਕੀਤੇ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਹਰਲੇ ਬਾਣੀ ਕਰਾਂ ਦੇ ਵਿੱਚ ਦਰਜ ਕੀਤੇ ਆ ਨਾ ਕਿ ਅੰਦਰਲੇ ਬਾਣੀ ਕਰਾਂ ਦੇ ਵਿੱਚ ਤੇ ਅੰਦਰਲੇ ਬਾਣੀ ਕਰਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਗੁਰਮਤਕ ਆਪ ਦਾ ਮੋਢ ਕਿੰਨਾ ਨੇ ਬੰਨਿਆ ਗੁਰੂ ਨਾਨਕ ਦੇਵ ਜੀ ਨੇ ਬੰਨਿਆ ਤੇ ਉਹਨਾਂ ਦੀ ਪਹਿਲੀ ਬਾਣੀ ਆਪਾਂ ਪੜ ਰਹੇ ਆ ਜਪਜੀ ਸਾਹਿਬ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਵੀ ਕਿਹਾ ਜਾਂਦਾ ਹੈ ਕਿਹੜੀ ਬਾਣੀ ਨੂੰ ਜਪਜੀ ਸਾਹਿਬ ਨੂੰ ਦੂਸਰੀ ਗੱਲ ਪਿਆਰੇ ਬੱਚੋ ਲਿਖੋ ਦੂਸਰੀ ਗੱਲ ਇਹ ਹੈ ਵੀ ਗੁਰਮਤ ਕਾਬਦਾ ਮੋਢ ਕਿੰਨਾ ਨੇ ਬੰਨਿਆ ਗੁਰਮਤ ਕਾਬਦਾ ਮੋਢ ਕਿੰਨਾ ਨੇ ਬੰਨਿਆ ਤਾਂ ਆਪਾਂ ਆਖਾਂਗੇ ਗੁਰੂ ਨਾਨਕ ਦੇਵ ਜੀ ਨੇ ਬੰਨਿਆ ਕਿੰਨਾ ਬੰਨਿਆ ਤਾਂ ਗੁਰੂ ਨਾਨਕ ਦੇਵ ਜੀ ਨੇ ਬੰਨਿਆ ਸੀ ਠੀਕ ਹੈ ਬੱਚੋ ਇਹ ਵੀ ਗੱਲ ਆਪਾਂ ਨੂੰ ਪਤਾ ਲੱਗ ਗਈ ਉਸ ਤੋਂ ਬਾਅਦ ਜਿਹੜੀ ਗੱਲ ਐ ਇਸ ਦਾ ਤੁਸੀਂ ਸਕਰੀਨਸ਼ਾਟ ਲੈ ਲਿਆ ਹੋਊਗਾ ਇਸ ਗੱਲ ਨੂੰ ਤੁਸੀਂ ਸਮਝ ਗਏ ਹੋਵੋਗੇ ਉਸ ਤੋਂ ਜਿਹੜੀ ਪਿਆਰੇ ਬੱਚੋ ਅਗਲੀ ਗੱਲ ਐ ਵੀ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਦੀ ਅਜੇ ਜਪਜੀ ਸਾਹਿਬ ਦੀ ਗੱਲ ਕਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂਆਤ ਸ਼ੁਰੂਆਤ ਕਿਹੜੀ ਬਾਣੀ ਤੋਂ ਹੁੰਦੀ ਐ ਜਪਜੀ ਸਾਹਿਬ ਤੋਂ ਹੁੰਦੀ ਹੈ ਲੋ ਜੀ ਕਿੱਡੀ ਵੱਡੀ ਗੱਲ ਪਤਾ ਲੱਗੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂਆਤ ਵੀ ਕਿਹੜੀ ਬਾਣੀ ਤੋਂ ਹੁੰਦੀ ਹੈ ਜਪਜੀ ਸਾਹਿਬ ਤੋਂ ਹੀ ਹੁੰਦੀ ਹੈ ਜਾਨੀ ਕਿ ਪਹਿਲਾ ਪੇਜ ਪਹਿਲਾ ਪੰਨਾ ਪਹਿਲਾ ਅੰਗ ਕਿਹੜੀ ਬਾਣੀ ਦਾ ਲਿਖਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਪਜੀ ਸਾਹਿਬ ਬਾਣੀ ਦਾ ਲਿਖਿਆ ਹੋਇਆ ਹੈ ਜੇਕਰ ਬੱਚੋ ਥੋੜੀ ਜੀ ਹੋਰ ਡਿਟੇਲ ਦੇ ਵਿੱਚ ਜਾਣਨ ਦੀ ਆਪਾਂ ਕੋਸ਼ਿਸ਼ ਕਰਦੇ ਆ ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਜਪਜੀ ਸਾਹਿਬ ਦੀ ਬਾਣੀ ਹੈ ਨਾ ਜਪਜੀ ਸਾਹਿਬ ਦੀ ਬਾਣੀ ਜਪਜੀ ਸਾਹਿਬ ਦੀ ਬਾਣੀ ਪੰਨਾ 50 ਪੰਨਾ ਨੰਬਰ ਜਾਂ ਅੰਗ ਨੰਬਰ ਆਪਾਂ ਕਹਿ ਸਕਦੇ ਹਾਂ ਕਿਸੇ ਨੇ ਬੱਚੇ ਗੱਲ ਮੰਨ ਤੇ ਨਹੀਂ ਲੈਣੀ ਪੰਨਾ ਨੰਬਰ 1 ਤੋਂ ਲੈ ਕੇ 8 ਤੱਕ ਜਿਹੜੀ ਬਾਣੀ ਹੈ ਉਹ ਜਪਜੀ ਸਾਹਿਬ ਦੀ ਦਰਜ ਕੀਤੀ ਗਈ ਹੈ ਤੇ ਜੇਕਰ ਮੈਂ ਥੋੜੀ ਜੀ ਹੋਰ ਡਿਟੇਲ ਦੇ ਵਿੱਚ ਤੁਹਾਨੂੰ ਗੱਲ ਦੱਸਣਾ ਚਾਹਾਂ ਪਹਿਲੀ ਗੱਲ ਇਹ ਕਰੋ ਵੀ ਜੀ ਨੂੰ ਕਲਾਸ ਪਸੰਦ ਆ ਰਹੀ ਹੈ ਕਲਾਸ ਨੂੰ ਲਾਈਕ ਕਰੋ ਮੈਂ ਲਾਈਕ ਕਰਨ ਵਾਲੀ ਵਾਰੀ ਵਾਰੀ ਨਹੀਂ ਕਹਿੰਦਾ ਤੇ ਇੱਕ ਜਿਨ੍ਹਾਂ ਨੇ ਕੋਰਸ ਅਜੇ ਤੱਕ ਬਾਏ ਨਹੀਂ ਕੀਤਾ ਕੋਰਸ ਨੂੰ ਬਾਏ ਜ਼ਰੂਰ ਕਰ ਲਓ ਅਰੋੜਾ 272 ਆਪਣਾ 쿠ਪਨ ਕੋਡ ਹੈ ਤਾਂ ਜਪਜੀ ਸਾਹਿਬ ਦੀ ਬਾਣੀ ਪੰਨਾ ਨੰਬਰ 1 ਤੋਂ 8 ਤੱਕ ਹੈ ਠੀਕ ਆ ਬੱਚੋ ਤਾਂ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰਦੇ ਹਾਂ ਧਿਆਨ ਦੇ ਨਾਲ ਗੱਲ ਕਰਦੇ ਹਾਂ ਵੀ ਜਪਜੀ ਸਾਹਿਬ ਦੇ ਵਿੱਚ ਸਰ ਕਿੰਨੀਆਂ ਪੌੜੀਆਂ ਹੋਣਗੀਆਂ ਤਾਂ ਤੁਸੀਂ ਆਪ ਹੀ ਦੱਸ ਰਹੇ ਹੋ ਕਿੰਨੀਆਂ ਪੌੜੀਆਂ ਨੇ 38 ਪੌੜੀਆਂ ਨੇ ਕਿੰਨੀਆਂ ਪੌੜੀਆਂ ਨੇ 38 ਪੌੜੀਆਂ ਨੇ ਤੇ ਦੂਸਰੀ ਸਾਈਡ ਜੇ ਕਰ ਦੇਖੀਏ ਬੱਚਿਓ 38 ਪੌੜੀਆਂ ਦੋ ਸ਼ਲੋਕ ਤੇ ਇੱਕ ਕੀ ਆਪਣਾ ਮੂਲ ਮੰਤਰ ਇੱਕ ਕੀ ਆਪਣਾ ਮੂਲ ਮੰਤਰ ਤੁਸੀਂ ਆਖੋਗੇ ਸਾਰਾ ਮੂਲ ਮੰਤਰ ਕੀ ਹੈ ਸਾਨੂੰ ਇਹ ਨਹੀਂ ਪਤਾ ਤਾਂ ਜਦੋਂ ਪਿਆਰੇ ਬੱਚਿਓ ਜਦੋਂ ਆਪਣੀ ਬਾਣੀ ਦੀ ਸਟਾਰਟਿੰਗ ਹੁੰਦੀ ਹੈ ਏਕ ਓਮਕਾਰ ਤੋਂ ਨਾ ਇਕਮਕਾਰ ਤੋਂ ਬਾਣੀ ਦੀ ਸ਼ੁਰੂਆਤ ਹੁੰਦੀ ਹੈ ਇਕਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਤਾਂ ਇਕਮਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਪਿਆਰੇ ਬੱਚਿਓ ਇਕਮਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਆਪਣਾ ਕੀ ਹੈ ਮੂਲ ਮੰਤਰ ਹੈ ਕੀ ਹੈ ਮੂਲ ਮੰਤਰ ਹੈ ਤੇ ਉਸ ਤੋਂ ਬਾਅਦ ਆਪਾਂ ਨੂੰ ਸ਼ਬਦ ਮਿਲਦਾ ਜਪ ਤਾਂ ਉਥੋਂ ਆਪਣੀ ਜਿਹੜੀ ਬਾਣੀ ਆ ਉਸ ਦੀ ਸ਼ੁਰੂਆਤ ਹੁੰਦੀ ਹੈ ਜਪ ਆਦ ਸਚ ਜਗਾਦ ਸਚ ਹੈ ਵੀ ਸੱਚ ਨਾਨਕ ਹੋਸੀ ਪੀ ਸੱਚ ਤਾਂ ਉਤੋਂ ਤੱਕ ਜਿਹੜਾ ਬੱਚਿਓ ਆਪਣਾ ਪਹਿਲਾ ਸ਼ਲੋਕ ਬਣਦਾ ਤੇ ਦੂਸਰਾ ਸ਼ਲੋਕ ਜਿਹੜਾ ਬਣਦਾ ਜਿਹੜਾ ਕਿ ਗੁਰੂ ਅੰਗਦ ਦੇਵ ਜੀ ਦੁਆਰਾ ਦਰਜ ਮੰਨਿਆ ਜਾਂਦਾ ਹੈ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਤਾ ਉਹ ਜਿਹੜਾ ਹੈਗਾ ਆਪਣਾ ਦੂਸਰਾ ਸ਼ਲੋਕ ਮੰਨਿਆ ਜਾਂਦਾ ਤਾਂ ਕਰਕੇ ਕਹਿੰਦੀ ਆ ਵੀ ਜਪਰੀ ਸਾਹਿਬ ਦੇ ਵਿੱਚ 38 ਪੌੜੀਆਂ ਨੇ ਤੇ ਦੋ ਕੀ ਨੇ ਸ਼ਲੋਕ ਨੇ ਜਦੋਂ ਤੁਸੀਂ ਸ਼ਲੋਕ ਪੜੋਗੇ ਆਦ ਸੱਚ ਜਗਾਦ ਸੱਚ ਵਾਲਾ ਆਦ ਸੱਚ ਜਿਗਾਦ ਸੱਚ ਤਾਂ ਜਿੱਥੇ ਆਪਣਾ ਸ਼ਲੋਕ ਖਤਮ ਹੋਊਗਾ ਨਾ ਤਾਂ ਉਥੇ ਇੱਕ ਡੰਡਾ ਇਸ ਤਰੀਕੇ ਨਾਲ ਪਾਇਆ ਹੋਊਗਾ ਫਿਰ ਉੱਥੇ ਇੱਕ ਮਕਰ ਦਾ ਸਾਈਨ ਪਾ ਕੇ ਇੱਕ ਡੰਡਾ ਫੇਰ ਪਾਇਆ ਹੋਊਗਾ ਤਾਂ ਉੱਥੇ ਪਿਆਰੇ ਬੱਚਿਓ ਆਪਣਾ ਪਹਿਲਾ ਸ਼ਲੋਕ ਹੈ ਜਿਹੜਾ ਉਹ ਸਮਾਪਤ ਹੁੰਦਾ ਹੈ ਤੇ ਦੂਸਰਾ ਸ਼ਲੋਕ ਤੁਹਾਨੂੰ ਪਤਾ ਹੈ ਵੀ ਆਪਣੇ ਐਂਡ ਦੇ ਵਿੱਚ ਜਮਾਂ ਲਾਸਟ ਦੇ ਵਿੱਚ ਪਾਇਆ ਜਾਂਦਾ ਪਵਨ ਗੁਰੂ ਪਾਣੀ ਪਿਤਾ ਵਾਲਾ ਠੀਕ ਹੈ ਤਾਂ ਇਹ ਜਿਹੜੀ ਬਾਣੀ ਸੀ ਜਪਜੀ ਸਾਹਿਬ ਸੀ ਤੇ ਇੱਕ ਗੱਲ ਹੋਰ ਵੀ ਜਿਹੜੀ ਪਿਆਰੇ ਬੱਚਿਓ ਇਹ ਬਾਣੀ ਆ ਨਾ ਇਹ ਕੀ ਹੈ ਰਾਗ ਰਹਤ ਹੈ ਰਾਗ ਰਹਿਤ ਹੈ ਇਸ ਬਾਣੀ ਦੇ ਵਿੱਚ ਕੋਈ ਵੀ ਰਾਗ ਨਹੀਂ ਵਰਤਿਆ ਗਿਆ ਕੋਈ ਵੀ ਰਾਗ ਨਹੀਂ ਵਰਤਿਆ ਗਿਆ ਤਾਂ ਹੁਣ ਆਪਾਂ ਥੋੜਾ ਜਿਹਾ ਰਿਵਾਈਜ਼ ਕਰ ਲੈਣੀ ਹੈ ਇੱਥੋਂ ਤੱਕ ਤੁਸੀਂ ਗੱਲ ਨੂੰ ਸਮਝ ਗਏ ਹੋਵੋਗੇ ਹਾਂਜੀ ਸਹਿਜੇ ਸਹਿਜੇ ਆਪਾਂ ਅੱਗੇ ਵਧਣਾ ਹੈ ਠੀਕ ਹੈ ਤਾਂ ਦੇਖੋ ਆਪਾਂ ਗੱਲ ਕੀਤੀ ਜਪਦੀ ਜਪਜੀ ਸਾਹਿਬ ਗੁਰਮਤਿ ਕਾਵਦਾ ਮੋਢ ਕਿੰਨਾ ਨੇ ਬੰਨਿਆ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੀ ਗੱਲ ਕੀਤੀ ਹੈ ਮਨੁੱਖ ਜੀ ਵਿ ਭਗਤੀ ਦੇ ਮਾਰਗ ਤੇ ਚਲਦਿਆਂ ਹੋਇਆਂ ਕਿਵੇਂ ਆਪਣਾ ਅਧਿਆਤਮਿਕ ਵਿਕਾਸ ਕਰਦਾ ਹੈ ਉਸ ਸਾਰੇ ਦੀ ਗੱਲ ਗੁਰੂ ਜੀ ਨੇ ਕਿਹੜੀ ਬਾਣੀ ਚ ਕੀਤੀ ਜਪਦੀ ਸਾਹਿਬ ਦੇ ਵਿੱਚ ਕੀਤੀ ਤੇ ਇੱਕ ਗੱਲ ਹੋਰ ਜੇਕਰ ਪਿਆਰੇ ਬੱਚਿਓ ਮੈਂ ਤੁਹਾਨੂੰ ਦੱਸਣਾ ਚਾਹਾਂ ਮੈਂ ਵੀ ਇਹਦੇ ਵਿੱਚ ਗੁਰੂ ਜੀ ਨੇ 8 ਪ੍ਰਸ਼ਨ ਕੀਤੇ ਸੀ ਪਹਿਲਾ ਪ੍ਰਸ਼ਨ ਮਨੋਖ ਦੇਵ ਜੀ ਦੇ ਅਧਿਆਤਮਿਕ ਵਿਕਾਸ ਨੂੰ ਲੈ ਕੇ ਕੀਤਾ ਕੀ ਕਿਹਾ ਕਹਿੰਦੇ ਕਿਵਸ ਚਿਆਰਾ ਹੋਈ ਐ ਕਿ ਬਿ ਕੂੜੇ ਟੁੱਟੇ ਪਾੜ ਤੇ ਆਪ ਹੀ ਉਸ ਦਾ ਉੱਤਰ ਦਿੱਤਾ ਕਹਿੰਦੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਯਾਨੀ ਕਿ ਆਪ ਹੀ ਪ੍ਰਸ਼ਨ ਕਰਤਾ ਵੀ ਕਿਵਸ ਚਿਆਰਾ ਹੋਈ ਐ ਕਿ ਬਿ ਕੂੜੇ ਟੁੱਟੇ ਪਾੜ ਤੇ ਆਪ ਹੀ ਪਿਆਰੇ ਬੱਚੇ ਉਸ ਦਾ ਉੱਤਰ ਦੇਤਾ ਵੀ ਆਪਾਂ ਕਹ ਦੀਏ ਉਹ ਆਪ ਹੀ ਉਸ ਦਾ ਉੱਤਰ ਕਰਤਾ ਹੁਣ ਦੇਖੋ ਵੀ ਉਹਨਾਂ ਨੇ 8 ਪ੍ਰਸ਼ਨ ਉਠਾਏ ਸੀ ਆਪਣੇ ਜਪਜੀ ਸਾਹਿਬ ਦੇ ਵਿੱਚ ਜੇਕਰ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਖੇਪ ਰੂਪ ਕਿਸ ਬਾਣੀ ਚ ਹੈ ਜਪਜੀ ਸਾਹਿਬ ਚ ਹੈ ਜਪਜੀ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਵੀ ਜਪਜੀ ਸਾਹਿਬ ਨੂੰ ਹੀ ਕਿਹਾ ਜਾਂਦਾ ਹੈ ਕਈ ਇਤਿਹਾਸਕਾਰਾਂ ਦੇ ਅਨੁਸਾਰ ਉਸ ਤੋਂ ਬਾਅਦ ਪਿਆਰੇ ਬੱਚੋ ਆਪਾਂ ਦੇਖਿਆ ਗੁਰੂ ਗ੍ਰੰਥ ਸਾਹਿਬ ਦੀ ਸ਼ਰਵਾਦ ਵੀ ਕਿਹੜੀ ਬਾਣੀ ਤੋਂ ਹੁੰਦੀ ਹੈ ਜਪਜੀ ਸਾਹਿਬ ਤੋਂ ਹੁੰਦੀ ਹੈ ਜਪਜੀ ਸਾਹਿਬ ਦੀ ਬਾਣੀ ਪੰਨਾ ਨੰਬਰ 1 ਤੋਂ ਲੈ ਕੇ 8 ਤੱਕ ਦਰਜ ਹੈ 38 ਪੌੜੀਆਂ ਨੇ ਦੋ ਸ਼ਲੋਕ ਨੇ ਇੱਕ ਮੂਲ ਮੰਤਰ ਹੈ ਇੱਕ ਓਮਕਾਰ ਤੋਂ ਲੈ ਕੇ ਗੁਰਪ੍ਰਸ਼ਾਦ ਤੱਕ ਆਪਣਾ ਮੂਲ ਮੰਤਰ ਹੈ ਉਸ ਤੋਂ ਬਾਅਦ ਸ਼ਲੋਕ ਜਿਹੜਾ ਹੈਗਾ ਪਹਿਲਾ ਆਦ ਸ ਜਿਗਾਦ ਸੱਚ ਜਦੋਂ ਸ਼ਲੋਕ ਖਤਮ ਹੁੰਦਾ ਹੈ ਤਾਂ ਇਸ ਤਰੀਕੇ ਦਾ ਤੁਹਾਨੂੰ ਦਿਖੂਗਾ ਸਾਈਨ ਤੇ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਦੂਸਰਾ ਜਿਹੜਾ ਸ਼ਲੋਕ ਹੈ ਲਾਸਟ ਤੇ ਦਰਜ ਹੈ ਤੇ ਰਾਗ ਰਹਿਤ ਹੈ ਬਾਣੀ ਮੰਨੀ ਜਾਂਦੀ ਹੈ ਰਾਗ ਰਹਿਤ ਬਾਣੀ ਤੋਂ ਜੇਕਰ ਆਪ ਗੱਲ ਜਾੜਾਈ ਬੱਚੋ ਜੇਕਰ ਮੈਂ ਤੁਹਾਨੂੰ ਇੱਥੇ ਸਮਝਾਉਣਾ ਚਾਹਾਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਜੇਕਰ ਇਹ ਬਾਣੀ ਨੂੰ ਸਮਝਣਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਇੱਥੇ ਹੀ ਹੈਡਿੰਗ ਬਣਾ ਲਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੇਕਰ ਆਪਾਂ ਸਮਝਣਾ ਹੈ ਤਾਂ ਉਹਨਾਂ ਨੂੰ ਆਪਾਂ ਤਿੰਨ ਭਾਗਾਂ ਦੀ ਵਿੱਚ ਵੰਡ ਕੇ ਸਮਝ ਸਕਦੇ ਹਾਂ ਪਹਿਲੀ ਤਾਂ ਬਾਣੀ ਹੈਗੀ ਆ ਰਾਗ ਰਹਿਤ ਪਹਿਲਾ ਜਿਹੜਾ ਭਾਗ ਹੈਗਾ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਗ ਰਹਿਤ ਬਾਣੀ ਵਾਲਾ ਹੈ ਦੂਸਰਾ ਜਿਹੜਾ ਹੈਗਾ ਉਹ ਰਾਗ ਬੰਦ ਬਾਣੀ ਵਾਲਾ ਹੈ ਜਿਹੜੀ ਰਾਗ ਬੰਦ ਬਾਣੀ ਹੈ ਤੇ ਤੀਸਰਾ ਭਾਗ ਫਿਰ ਤੋਂ ਰਾਗ ਰਹਿਤ ਹੈ ਜਾਂ ਆਪਾਂ ਕਹਿ ਸਕਦੇ ਹਾਂ ਇਸ ਵਿੱਚ ਕੀ ਹੁੰਦਾ ਫੁੱਟਕਲ ਰਚਨਾਵਾਂ ਸਨ ਪੁਟਕਲ ਰਚਨਾਮਾ ਨੇ ਤਾਂ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਰਾਗ ਰਹਿਤ ਬਾਣੀ ਦੀ ਤਾਂ ਪਿਆਰੇ ਬੱਚਿਓ ਰਾਗ ਰਹਿਤ ਜਿਹੜੀ ਬਾਣੀ ਹੈ ਇਹ ਪੰਨਾ ਨੰਬਰ 1 ਤੋਂ ਲੈ ਕੇ ਪੰਨਾ ਜਾਂ ਅੰਗ ਨੰਬਰ 1 ਤੋਂ ਲੈ ਕੇ ਉਹ ਜਿਹੜੀ ਬਾਣੀ ਹੈ ਪਿਆਰੇ ਬੱਚਿਓ ਕਿੱਥੋਂ ਤੱਕ ਦਰਜ ਹੈ 14 ਨੰਬਰ ਤੱਕ ਦਰਜ ਹੈ ਤੇ ਉਸ ਭਾਗ ਦੇ ਵਿੱਚ ਜਾਨੀ ਕਿ ਅੰਗ ਨੰਬਰ 1 ਤੋਂ 14 ਤੱਕ ਕਿਹੜੀ-ਕਿਹੜੀ ਬਾਣੀ ਦਰਜ ਹੈ ਸਭ ਤੋਂ ਪਹਿਲਾਂ ਬਾਣੀ ਹੈਗੀ ਹੈ ਜੀ ਜਪਜੀ ਸਾਹਿਬ ਦੀ ਹੈ ਤੇ ਇੱਕ ਗੱਲ ਹੋਰ ਇੱਥੇ ਆਪਣੇ ਯਾਦ ਆ ਰਹੀ ਐ ਵੀ ਇੱਕ ਤੋਂ 14 ਤੱਕ ਪੰਨਾ ਨੰਬਰ 1 ਤੋਂ 14 ਤੱਕ ਆਪਣੇ ਨਿਤਨੇਮ ਵਾਲੀਆਂ ਬਾਣੀਆਂ ਨੇ ਬੱਚੋ ਨਿਤਨੇਮ ਵਾਲੀਆਂ ਬਾਣੀਆਂ ਨਿਤਨੇਮ ਵਾਲੀਆਂ ਬਾਣੀਆਂ ਨੇ ਤੇ ਇਹ ਨਿਤਨੇਮ ਵਾਲੀਆਂ ਬਾਣੀਆਂ ਕਿਹੜੀਆਂ-ਕਿਹੜੀਆਂ ਨੇ ਸਭ ਤੋਂ ਪਹਿਲੀ ਹੈਗੀ ਆ ਜਪਨੀ ਸਾਹਿਬ ਜਿਸ ਦਾ ਆਚਾਰਨ ਸਵੇਰੇ ਕੀਤਾ ਜਾਂਦਾ ਉਸ ਤੋਂ ਬਾਅਦ ਹੈਗੀ ਆ ਰਹਿਰਸ ਵਾਲੀ ਜਿਸ ਦਾ ਆਚਾਰਨ ਰਹਿ ਰਸ ਸਮੇਂ ਕੀਤਾ ਜਾਂਦਾ ਹੈ ਤੇ ਤੀਸਰੀ ਪਿਆਰੀ ਬੱਚੋ ਬਾਣੀ ਹੈਗੀ ਹੈ ਸੋ흘ਾ ਸਾਹਿਬ ਜਿਸ ਨੂੰ ਅੱਜ ਆਪਾਂ ਕੀਰਤਨ ਸੋ흘ਾ ਦੇ ਨਾਮ ਨਾਲ ਪ੍ਰਸਿੱਧ ਕੀਤਾ ਹੋਇਆ ਹੈ ਤੇ ਤਿੰਨ ਬਾਣੀਆਂ ਜਿਹੜੀਆਂ ਹੈਗੀਆਂ ਨੇ ਇੱਕ ਤੋਂ 14 ਅੰਗ ਨੰਬਰ ਦੇ ਵਿੱਚ ਦਰਜ ਨੇ ਤੇ ਜੇਕਰ ਗੱਲ ਕਰੀਏ ਰਾਗ ਬੰਦ ਬਾਣੀ ਦੀ ਤਾਂ ਇਹਦੇ ਵਿੱਚ ਕੀ ਨੇ 31 ਰਾਗ ਵਾਲੀ ਬਾਣੀ ਹੈ ਜਿਹਦੇ ਵਿੱਚ ਆਖਲਾ ਰਾਗ ਹੈਗਾ ਜੈਜਬੰਤੀ ਤੇ ਪਹਿਲਾ ਰਾਗ ਹੈਗਾ ਸ਼ੀਰੀ ਰਾਗ ਜਨਨ ਕਿ ਪਹਿਲੇ ਸ਼੍ਰੀ ਰਾਗ ਤੋਂ ਲੱਗ ਕੇ ਪਿਆਰੇ ਬੱਚੋ ਜੈ ਜੈ ਬੰਤੀ ਰਾਗ ਤੱਕ ਜਿੰਨੀ ਵੀ ਬਾਣੀ ਦਰਜ ਹੈ ਉਹ ਆਪਣੇ ਦੂਸਰੇ ਹਿੱਸੇ ਦੇ ਵਿੱਚ ਦਰਜ ਹੈ ਜੈ ਜੈ ਬੰਤੀ ਤੇ ਇਸ ਦਾ ਪੰਨਾ ਨੰਬਰ ਕਿੰਨਾ ਜੀ ਇਸ ਦਾ ਅੰਗ ਨੰਬਰ ਕਿੰਨਾ ਹੋਊਗਾ ਤਾਂ 15 ਤੋਂ ਲੈ ਕੇ 1352 ਤੱਕ 15 ਨੰਬਰ ਅੰਗ ਤੋਂ ਲੈ ਕੇ 1352 ਨੰਬਰ ਅੰਗ ਤੱਕ ਰਾਗ ਬੰਦ ਬਾਣੀ ਦਰਜ ਹੈ ਤੇ ਜੇਕਰ ਬੱਚੋ ਰਾਗ ਰਹਿਤ ਬਾਣੀ ਦੀ ਗੱਲ ਕਰੀਏ ਤਾਂ 1352 ਅੰਗ ਤੋਂ ਲੈ ਕੇ 1430 ਅੰਗ ਤੱਕ ਆਪਣੀ ਜਿਹੜੀ ਬਾਣੀ ਹੈ ਰਾਗ ਰਹਿਤ ਦਰਜ ਹੈ ਤਾਂ ਇਹ ਗੱਲ ਤੁਸੀਂ ਸਮਝ ਗਏ ਹੋਵੋਗੇ ਬੱਚਿਓ ਠੀਕ ਹੈ ਜਿਹੜੀ ਹਾਂ ਸੋਲਾ ਸਹਿਬ ਹੈ ਉਹ ਰਾਤ ਨੂੰ ਸੌਣ ਸਮੇਂ ਕੀਤੀ ਜਾਂਦੀ ਹੈ ਕਹਿੰਦੇ ਨੇ ਵੀ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਆਪਾਂ ਸੋਲਾ ਸਹਿਬ ਬਾਣੀ ਅਚਾਰਨ ਕਰਦੇ ਹਾਂ ਨਾ ਤਾਂ ਜਿੱਥੋਂ ਤੱਕ ਉਹ ਬਾਣੀ ਕੰਨਾਂ ਨੂੰ ਛੂੰਹਦੀ ਹੈ ਤਾਂ ਉਹ ਆਪਣੇ ਆਸ-ਪਾਸ ਇੱਕ ਲਸ਼ਮਣ ਰੇਖਾ ਬਣਾ ਦਿੰਦੀ ਹੈ ਲਸ਼ਮਣ ਰੇਖਾ ਜਾਣੇ ਕਿ ਆਪਾਂ ਕਹਿ ਦਿੰਨੇ ਆਂ ਵੀ ਆਪਣੀ ਸੇਫਟੀ ਦੀ ਇੱਕ ਲਾਈਨ ਬਣਾ ਦਿੰਦੀ ਐ ਇੱਕ ਰੇਖਾ ਖਿੱਚ ਦਿੰਦੀ ਐ ਜਿਹੜੇ ਬੱਚਿਆਂ ਨੂੰ ਜਿਹੜੇ ਵਿਦਿਆਰਥੀਆਂ ਨੂੰ ਡਰ ਲੱਗਦਾ ਰਾਤ ਨੂੰ ਸੌਣ ਵੇਲੇ ਤਾਂ ਉਹ ਇਸ ਬਾਣੀ ਦਾ ਆਚਾਰਨ ਕਰ ਸਕਦੇ ਨੇ ਕੀਰਤਨ ਸੋਲੇ ਦੀ ਬਾਣੀ ਦਾ ਆਚਾਰਨ ਕਰ ਸਕਦੇ ਨੇ ਠੀਕ ਐ ਬੱਚਿਓ ਹਾਂਜੀ ਤੀਮਾ ਰਾਗ ਜਿਹੜਾ ਹੈਗਾ ਪ੍ਰਭਾਤੀ ਆ ਤਾਂ ਇਸ ਤਰੀਕੇ ਨਾਲ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝ ਸਕਦੇ ਆਂ ਵੀ ਪਹਿਲਾ ਭਾਗ ਰਾਗ ਰਹਿਤਾ ਐ 1 ਨੰਬਰ ਅੰਗ ਤੋਂ ਲੈ ਕੇ 14 ਨੰਬਰ ਅੰਗ ਤੱਕ ਐ ਯਾਨੀ ਕਿ ਆਪਾਂ ਕਹਿ ਦਿੰਨੇ ਆਂ 1 ਪੰਨੇ ਤੋਂ ਲੈ ਕੇ 14 ਨੰਬਰ ਤੱਕ 15 ਨੰਬਰ ਪੰਨੇ ਤੋਂ 1352 ਨੰਬਰ ਪੰਨੇ ਤੱਕ ਰਾਗਬੰਦ ਬਾਣੀ ਹੈ ਜਿਦੇ ਵਿੱਚ 31 ਰਾਗਾਂ ਦਾ ਜ਼ਿਕਰ ਹੈ ਪਹਿਲਾ ਰਾਗ ਸ਼੍ਰੀ ਰਾਗ ਹੈ ਆਖਰੀ ਰਾਗ ਜੈਜਮੰਤੀ ਰਾਗ ਹੈ ਉਸ ਤੋਂ ਬਾਅਦ 1352 ਤੋਂ ਲੈ ਕੇ ਬਚੋ 1430 ਤੱਕ ਜਿਹੜੀ ਰਾਗ ਰਹਿਤ ਬਾਣੀ ਦਰਜ ਹੈ ਜਿਦੇ ਵਿੱਚ ਫੁਟਕਲ ਰਚਨਾਵਾਂ ਦਰਜ ਨੇ ਟੋਟਲ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਅੰਗ ਹੋ ਗਏ ਤਾਂ 1430 ਅੰਗ ਹੋਗੀ ਤਾਂ ਇਹ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਸੰਖੇਪ ਰੂਪ ਦੇ ਵਿੱਚ ਜਾਣਕਾਰੀ ਹੈ ਇਹ ਕਾਦੇ ਵਾਸਤੇ ਦਿੱਤੀ ਹੈ ਜਪਜੀ ਸਾਹਿਬ ਦੀ ਰਚਨਾ ਦੇ ਬਾਰੇ ਦੱਸਣ ਲਈ ਤਾਂ ਉਸ ਤੋਂ ਬਾਅਦ ਬੱਚੋ ਦੇਖੋ ਆਪਾਂ ਇੱਥੇ ਜਾਣ ਰਹੇ ਹਾਂ ਜਪਜੀ ਸਾਹਿਬ ਦੀ ਬਾਣੀ ਦੇ ਬਾਰੇ ਜਪੜੀ ਸਾਹਿਬ ਦੀ ਬਾਣੀ ਬਾਰੇ ਆਪਾਂ ਇੰਨਾ ਕੁਝ ਜਾਣ ਚੁੱਕੇ ਹਾਂ ਤੇ ਇਹ ਵੀ ਦੇਖ ਚੁੱਕੇ ਹਾਂ ਵੀ ਕਿੱਥੇ ਕਿਹੜੇ ਪਾਠ ਤੇ ਉਹ ਆਪਣੇ ਰਚਿਤ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੇ ਨੰਬਰ ਅੰਗ ਤੇ ਰਚਿਤਾ ਜੇਕਰ ਆਪਾਂ ਗੱਲ ਕਰੀਏ ਜਪਜੀ ਸਾਹਿਬ ਬਾਣੀ ਦੇ ਵਿੱਚ ਕਿੰਨੇ ਖੰਡ ਹੈ ਪਿਆਰੇ ਬੱਚੋ ਤਾਂ 5 ਖੰਡ ਹੈ ਕਿੰਨੇ ਖੰਡ ਹੈ ਪੰਜ ਖੰਡ ਜਾਨੀ ਕਿ ਉਹਨਾਂ ਨੇ ਮਨੁੱਖ ਨੂੰ ਪੰਜ ਖੰਡਾਂ ਦੇ ਰਾਹੀਂ ਗੁਰੂ ਮਹਾਰਾਜ ਨੇ ਸੰਕੇਪ ਦਿੱਤਾ ਹੈ ਜਾਨੀ ਕਿ ਸੰਕੇਤ ਦਿੱਤਾ ਜਿਵੇਂ ਆਪਾਂ ਨੇ ਤਿੰਨ ਭਾਗਾਂ ਦੇ ਵਿੱਚ ਵੰਡ ਕੇ ਸਮਝ ਲਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਸੇ ਤਰੀਕੇ ਨਾਲ ਪਾਤਸ਼ਾਹ ਗੁਰੂ ਮਹਾਰਾਜ ਨੇ ਵੀ ਆਪਾਂ ਨੂੰ ਪੰਜ ਖੰਡਾਂ ਦੇ ਰਾਹੀਂ ਸੰਕੇਤ ਦਿੱਤਾ ਹੈ ਵੀ ਤੁਸੀਂ ਇਹ ਗੱਲਾਂ ਨੂੰ ਫੋਲੋ ਕਰ ਸਕਦੇ ਹੋ ਪਹਿਲਾ ਖੰਡ ਬੱਚੋ ਕਿਹੜਾ ਆਊਗਾ ਤਾਂ ਪਹਿਲਾ ਖੰਡ ਆਊਗਾ ਜੀ ਧਰਮ ਖੰਡ ਦੂਸਰਾ ਪਿਆਰੇ ਬੱਚੋ ਜਿਹੜਾ ਖੰਡ ਆਊਗਾ ਜਦੋਂ ਆਪਾਂ ਨੂੰ ਧਰਮ ਦੀ ਪ੍ਰਾਪਤੀ ਹੋਊਗੀ ਤਾਂ ਫੇਰ ਹੀ ਆਪਾਂ ਨੂੰ ਕਾਦੀ ਪ੍ਰਾਪਤੀ ਹੋਊਗੀ ਗਿਆਨ ਦੀ ਪ੍ਰਾਪਤੀ ਹੋਊਗੀ ਦੂਸਰਾ ਖੰਡ ਆ ਗਿਆ ਗਿਆਨ ਖੰਡ ਤੀਸਰਾ ਖੰਡ ਆ ਗਿਆ ਪਿਆਰੇ ਬੱਚੋ ਸ਼ਰਮ ਖੰਡ ਤੇ ਚੌਥਾ ਖੰਡ ਆ ਗਿਆ ਬੱਚੋ ਆਪਣੇ ਕੋਲੇ ਕਰਮ ਖੰਡ ਤੇ ਪੰਜਵਾਂ ਖੰਡ ਆ ਗਿਆ ਸੱਚ ਖੰਡ ਇਹ ਗੱਲ ਯਾਦ ਰੱਖਿਓ ਬੱਚਿਓ ਇਹਦਾ ਸੀਕੁਐਂਸ ਕਰਮ ਇਹਦਾ ਜਰੂਰ ਯਾਦ ਰੱਖਿਓ ਕਈ ਵਾਰੀ ਪੇਪਰ ਵਾਲਾ ਕੀ ਕਰਦਾ ਇਹਦਾ ਕਰਮ ਹੀ ਪੁੱਛ ਲੰਦਾ ਕੀ ਪੁੱਛਦਾ ਇਹਦਾ ਕਰਮ ਹੀ ਪੁੱਛ ਲੰਦਾ ਹੈ ਕਰਮ ਜ਼ਰੂਰ ਯਾਦ ਰੱਖਣਾ ਜੇਕਰ ਪਿਆਰੇ ਬੱਚਿਓ ਆਪਾਂ ਗੱਲ ਕਰੀਏ ਧਰਮਖੰਡ ਦੀ ਸ਼ਰਮਖੰਡ ਦੀ ਕਰਮਖੰਡ ਦੀ ਤੇ ਸੱਚਖੰਡ ਦੀ ਇਹਨਾਂ ਦੀ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਧਰਮਖੰਡ ਦੇ ਵਿੱਚ ਕੀ ਹੈ ਵੀ ਇਹ ਜਿਹੜੀ ਸਾਰੀ ਦੀ ਸਾਰੀ ਸ੍ਰਿਸ਼ਟੀ ਦੀ ਧਰਤੀ ਦੀ ਰਚਨਾ ਹੈ ਉਹ ਪ੍ਰਭੂ ਪਰਮੇਸ਼ਰ ਦੇ ਹੁਕਮਾਂ ਦੇ ਅਨੁਸਾਰ ਚੱਲ ਰਹੀ ਹੈ ਦੇ ਪ੍ਰਭੂ ਕਹਿੰਦੇ ਆ ਸਨੇਹਾ ਦਿੰਦੇ ਆ ਮਨੁੱਖ ਨੂੰ ਕਿ ਤੈਨੂੰ ਵੀ ਉਹਨਾਂ ਦੇ ਹੁਕਮ ਦੇ ਵਿੱਚ ਰਹਿ ਕੇ ਜ਼ਿੰਦਗੀ ਨੂੰ ਮੰਨਣਾ ਚਾਹੀਦਾ ਹੈ ਜ਼ਿੰਦਗੀ ਨੂੰ ਮੰਨਣਾ ਚਾਹੀਦਾ ਹੈ ਦੂਸਰੇ ਗਿਆਨਖੰਡ ਦੇ ਵਿੱਚ ਮਹਾਰਾਜ ਜੀ ਕੀ ਕਹਿੰਦੇ ਨੇ ਵੀ ਜੇਕਰ ਤੂੰ ਪ੍ਰਭੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਰਹਿ ਕੇ ਜ਼ਿੰਦਗੀ گزارੂ ਆ ਤਾਂ ਫੇਰ ਹੀ ਤੈਨੂੰ ਗਿਆਨ ਦੀ ਪ੍ਰਾਪਤੀ ਹੋਊਗੀ ਸ਼ਰਮਖੰਡ ਦੇ ਵਿੱਚ ਕਹਿੰਦੇ ਆ ਵੀ ਜਦੋਂ ਤੈਨੂੰ ਗਿਆਨ ਦੀ ਪ੍ਰਾਪਤੀ ਹੋਗੀ ਉਸ ਤੋਂ ਬਾਅਦ ਜਿਹੜੀ ਤੇਰੀ ਜੋਤ ਆ ਦਿਮਾਗ ਦੀ ਉਹ ਖੁੱਲੂਗੀ ਉਸ ਤੋਂ ਬਾਅਦ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਵੀ ਜੋ ਤੇਰੇ ਅੰਦਰਲੀ ਜੋਤ ਜਾਗੀ ਤਾ ਤੈਨੂੰ ਬਹਿਮਾ ਪਰਮਾ ਦੇ ਵਿੱਚ ਵਕਾਰਾਂ ਦੇ ਵਿੱਚ ਫਸਣ ਨਹੀਂ ਦਿੱਤਾ ਜਾਊਗਾ ਤੇ ਤੂੰ ਚੰਗੇ ਕਰਮਾਂ ਦੀ ਪ੍ਰਾਪਤੀ ਕਰੂਗਾ ਤੂੰ ਚੰਗੇ ਕੰਮਾਂ ਦੇ ਵੱਲ ਵਧੂਗਾ ਤੇ ਉਸ ਤੋਂ ਬਾਅਦ ਤੂੰ ਕੀ জানੂਆ ਇਸ ਦੁਨੀਆ ਦਾ ਸੱਚ ਤੇ ਇਸ ਦੁਨੀਆ ਤੇ ਆਉਣ ਦਾ ਸੱਚ ਜਾਣ ਲਿਆ ਉਸ ਤੋਂ ਬਾਅਦ ਤੇਰਾ ਪਾਰ ਉਤਾਰਾ ਹੋ ਜੂਗਾ ਤਾਂ ਇਸ ਤਰੀਕੇ ਨਾਲ ਗੁਰੂ ਮਹਾਰਾਜ ਜੀ ਨੇ ਇਹ ਪੰਜ ਖੰਡਾਂ ਦੀ ਰਚਨਾ ਕੀਤੀ ਬੱਚਿਓ ਠੀਕ ਹੈ ਤਾਂ ਇਹ ਗੱਲ ਨੂੰ ਆਪਾਂ ਯਾਦ ਰੱਖਣਾ ਹੈ ਪੀਪਰ ਵਾਲਾ ਕਿਵੇਂ ਵੀ ਆਪਾਂ ਨੂੰ ਪੀਪਰ ਬਣਾ ਸਕਦਾ ਹੈ ਕਿਤੇ ਆਪਾਂ ਉਹ ਗੱਲ ਕਰ ਜੀ ਉਸ ਨੂੰ ਲਿਆਜੀ ਸਮਝੀ ਜਾਈਏ ਕਿ ਪੀਪਰ ਬਣਾਉਣ ਵਾਲਾ ਤਾਂ ਸਾਡਾ ਮਿੱਤਰ ਹੈ ਉਹ ਤਾਂ ਇਸ ਤਰੀਕੇ ਦਾ ਪੀਪਰ ਬਣਾਊਗਾ ਕਿਤੇ ਉਹ ਗੱਲ ਹੋ ਜੇ ਵੀ ਬੈਰੀ ਦੇ ਪੱਥਰਾਂ ਤੋਂ ਬੈਰੀ ਦੇ ਪੱਥਰਾਂ ਤੋਂ ਸਾਨੂੰ ਫਰਕ ਰਤਾਣਾ ਪਿਆ ਜਰਨ ਕੇ ਬੈਰੀ ਦੇ ਪੱਥਰਾਂ ਤੋਂ ਸਾਨੂੰ ਪੀੜ ਰਤਾਣਾ ਹੋਈ ਮਿੱਤਰਾਂ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰ ਤੱਕ ਰੋਈ ਮਿੱਤਰਾਂ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰ ਤੱਕ ਰੋਈ ਕਿਤੇ ਬਾਦ ਦੇ ਵਿੱਚ ਇਹ ਗੱਲ ਹੋ ਜੇ ਇਹ ਸਤਰਾਂ ਆਪਾਂ ਨੂੰ ਉਚਾਰਨ ਕਰਨੀਆਂ ਪੈ ਜਾਣ ਠੀਕ ਹੈ ਬੱਚੋ ਤਾਂ ਅੱਜ ਦੀ ਕਲਾਸ ਦੇ ਵਿੱਚ ਆਪਾਂ ਜਪਜੀ ਸਾਹਿਬ ਬਾਣੀ ਦੇ ਬਾਰੇ ਜਾਣਿਆ ਵੀ ਜਪਜੀ ਸਾਹਿਬ ਜਿਹੜੀ ਬਾਣੀ ਹੈ ਉਹ ਕਿਵੇਂ ਲਿਖੀ ਗਈ ਕਿੰਨੇ ਸ਼ਲੋਕ ਨੇ ਕਿੰਨੀਆਂ ਪੌੜੀਆਂ ਨੇ ਪੰਜ ਖੰਡ ਨੇ ਹਜੇ ਹੋਰ ਵੀ ਬਹੁਤ ਕੁਝ ਬਾਕੀ ਹੈ ਅੱਜ ਦੀ ਕਲਾਸ ਨੂੰ ਇੱਥੋਂ ਤੱਕ ਸੀਮਤ ਰੱਖਦੇ ਹਾਂ ਜਿਨੇ ਅਜੇ ਤੱਕ ਵੈਚ ਨਹੀਂ ਜੁਆਇਨ ਕੀਤਾ ਉਹ ਵੈਚ ਜੁਆਇਨ ਕਰ ਸਕਦਾ ਹੈ ਮੈਂ ਛੋਟੀ ਜੀ ਵੀਡੀਓ ਬਣਾਈ ਹੋਈ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਪਲੇ ਸਟੋਰ ਤੇ ਜਾਣਾ ਹੈ ਐਪ ਸਟੋਰ ਤੇ ਜਾਣਾ ਹੈ ਉੱਥੋਂ ਅਰੋੜਾ ਕਲਾਸਿਸ ਦੀ ਐਪ ਡਾਊਨਲੋਡ ਕਰਨੀ ਹੈ ਉਸ ਤੋਂ ਬਾਅਦ نیچے ਕੋਰਸਸ ਬਟਨ ਤੇ ਜਾਣਾ ਹੈ ਕੋਰਸਸ ਬਟਨ ਤੇ ਜਾਓਗੇ ਉੱਪਰ ਸਰਚ ਦੀ অপਸ਼ਨ ਆ ਜਾਊਗੀ ਸਰਚ ਕਰੋਗੇ ਸਕਰੋਲ ਕਰਨਾ ਹੈ نیچے ਆਜੂਗਾ ਹੈਵ ਅ ਕੁੱਪਨ ਕੋਡ ਤਾਂ ਤੁਸੀਂ ਅਰੋੜਾ 275 ਜਾਨੀ ਕਿ ਰੋੜਾ 272 쿠ਪਨ ਕੋਡ ਤੁਸੀਂ ਲਗਾ ਸਕਦੇ ਹੋ ਉਹਦੇ ਨਾਲ ਤੁਹਾਨੂੰ ਕੀ ਮਿਲੂਗਾ 500 ਰੁਪਏ ਦਾ ਡਿਸਕਾਊਂਟ ਮਿਲੂਗਾ ਕੋਈ ਵੀ ਮਾਸਟਰ ਕਿਡਰ ਖਰੀਦਣਾ ਹੈ ਸਸਟੀ ਦਾ ਪੰਜਾਬੀ ਦਾ ਕੋਈ ਵੀ XYZ 500 ਰੁਪਏ ਦਾ ਡਿਸਕਾਊਂਟ ਮਿਲੂਗਾ ਪਲੱਸ ਮੇਰੇ ਅੰਡਰ ਰੈਨ ਦਾ ਮੌਕਾ ਮਿਲੂਗਾ ਤੁਹਾਡੀ ਜ਼ਿੰਮੇਵਾਰੀ ਮੇਰੀ ਜ਼ਿੰਮੇਵਾਰੀ ਤੁਹਾਡੀ ਹਰ ਸਮੱਸਿਆ ਮੇਰੀ ਸਮੱਸਿਆ ਤਾਂ ਤੁਸੀਂ ਜਲਦੀ ਜਲਦੀ ਬੈਚ ਨੂੰ ਜੁਆਇਨ ਕਰ ਲਓ ਤੇ ਜਿਹੜੇ ਬੱਚੇ ਅੱਜ ਜਾਂ ਕੱਲ ਦੇ ਦਿਨ ਦੇ ਵਿੱਚ ਬੈਚ ਨੂੰ ਜੁਆਇਨ ਕਰਦੇ ਆ ਉਹਨਾਂ ਨੂੰ ਵੈਲਿਡਿਟੀ ਜਿਹੜੀ ਹੈਗੀ ਆ ਪਿਆਰੇ ਬੱਚੋ ਕਿੰਨੇ ਦਿਨ ਦੀ ਮਿਲੂਗੀ 1 ਸਾਲ ਦੀ ਮਿਲੂਗੀ ਨਹੀਂ ਤਾਂ ਇਹਦੀ ਵੈਲਿਡਿਟੀ ਕਿੰਨੀ ਹੁੰਦੀ ਹੈ 6 ਮੰਥ ਦੀ ਹੁੰਦੀ ਹੈ ਠੀਕ ਹੈ ਤਾਂ ਪਿਆਰਿਓ ਵੈਲਿਡਿਟੀ ਹੈ ਜਿਹੜੀ ਦੁੱਗਣੀ ਜੇ 1 ਸਾਲ ਦੀ ਦਿੰਦੇ ਸੀ 2 ਸਾਲ ਦੀ ਮਿਲੂਗੀ ਜੇ 6 ਮਹੀਨੇ ਦੀ ਮਿਲਦੀ ਸੀ ਸਾਲ ਦੀ ਮਿਲੂਗੀ ਤਾਂ ਜਲਦੀ ਜਲਦੀ ਪੰਜਾਬੀ ਮਾਸਟਰ ਕਾਡਰ ਦੇ ਬੈਚ ਨੂੰ ਜੁਆਇਨ ਕਰ ਸਕਦੇ ਹੋ ਤੇ ਜੇਕਰ ਕੋਈ ਵੀ ਜਾਣਕਾਰੀ ਪ੍ਰਾਪਤ ਕਰਨੀ ਹੈ ਤਾਂ ਪੰਜਾਬੀ ਵਿਦਪਨੀਤ ਸਰ ਤੇ ਆਪਣਾ ਟੈਲੀਗ੍ਰam ਚੈਨਲ ਹੈ ਪੰਜਾਬੀ ਵਿਦਪਨੀਤ ਸਰ ਤੇ ਆਪਣਾ ਜਿਹੜਾ ਟੈਲੀਗ੍ਰam ਚੈਨਲ ਆ ਜੀ ਟੈਲੀਗ੍ਰਾਮ ਚੈਨਲ ਹੈ ਇਸ ਤੇ ਤੁਸੀਂ ਕਦੋਂ ਵੀ ਮੈਸੇਜ ਕਰ ਸਕਦੇ ਹੋ ਇਹ ਜਿਹੜਾ 쿠ਪਨ ਕੋਡ ਹੈ aroda272 ਇਹ ਤੁਸੀਂ ਜਰੂਰ ਯਾਦ ਰੱਖਣਾ ਫੀਸ ਦੱਸ ਦੋ ਜੀ ਫੀਸ ਇਸਦੀ ਹੈਗੀ ਹੈ 6500 ਰੁਪਿਆ ਜੇਕਰ ਤੁਸੀਂ ਇਸ 쿠ਪਨ ਕੋਡ ਨੂੰ ਵਰਤੋ ਚ ਲਿਆਉਣੇ ਹੋ ਜਿੰਨਾ ਟਾਈਮ ਤੁਹਾਡਾ ਭਾਈ ਖੜਾ ਹੈ ਭਾਈ ਦਾ 쿠ਪਨ ਕੋਡ ਚੱਲਦਾ ਹੈ ਫੀਸ ਤੁਹਾਨੂੰ ਕਿੰਨੀ ਪਾਉਗੀ 6000 ਰੁਪਿਆ ਯਾਨੀ ਕਿ 6 ਮਨਥ ਦੇ ਵਿੱਚ ਆਪਣਾ ਕੋਰਸ ਪੂਰਾ ਹੋਊਗਾ 1 ਮਹੀਨੇ ਦੀ 1000 ਰੁਪਿਆ ਜੇਕਰ ਆਪਾਂ ਆਪਣੇ ਮਾਤਾ ਪਿਤਾ ਦੇ ਸੁਪਨੇ ਸਹਾਰ ਕਰਨੇ ਆ ਤਾਂ 1000 ਰੁਪਿਆ ਕੋਈ ਵਾਲੇ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਸਵਾਰਨ ਵਾਸਤੇ 1 ਮਹੀਨੇ ਦਾ 1000 ਰੁਪਿਆ ਕੋਈ ਬਾਲਾ ਨਹੀਂ ਜਿਹਦੇ ਵਿੱਚ ਸਾਰਾ A1 ਕੰਟੈਂਟ ਤੁਹਾਨੂੰ ਮਿਲੇਗਾ ਹਰ ਇੱਕ ਚੀਜ਼ ਵੈਸੇ ਮਾਸਕੂਲੇਟਰ ਦੇ ਵਿੱਚ ਇਹ ਹੁੰਦਾ ਕਿ 150 ਜਿਹੜੀਆਂ ਹੁੰਦੀਆਂ ਉਹਨਾਂ ਦਾ ਬੜਾ ਚੱਕਰ ਪੈਂਦਾ ਹਰ ਇੱਕ ਸਟੀਕ ਜਾਣਕਾਰੀ ਹਰ ਇੱਕ ਸਟੀਕ ਡੇਟ ਜਿਹੜੀ ਮੈਂ ਤੁਹਾਨੂੰ ਲਿਖਵਾਉਂਗਾ ਉਹ ਪੇਪਰ ਦੇ ਸੰਦਰਭ ਦੇ ਵਿੱਚ ਬਹੁਤ ਬਹੁਤ ਜ਼ਰੂਰੀ ਹੋਊਗੀ ਤੇ ਸਾਰੀ ਜਾਣਕਾਰੀ ਸਾਰਾ ਕੰਟੈਂਟ ਤੁਹਾਨੂੰ ਇਨੀ ਫੀਸ ਦੇ ਵਿੱਚ ਮਿਲ ਰਿਹਾ ਹੈ ਜਲਦੀ ਜਲਦੀ ਬੈਚ ਨੂੰ ਜੁਆਇਨ ਕਰ ਲਓ ਤੇ ਜਦੋਂ ਮੈਂ ਤੁਹਾਡੇ ਤੋਂ ਪੁੱਛੂੰਗਾ ਤੁਸੀਂ ਕਿਸੇ ਨੇ ਇਹ ਨਹੀਂ ਕਹਿਣਾ ਵੀ ਸਾਰਾ ਅਜੇ ਅਸੀਂ ਬੈਚ ਨੂੰ ਜੁਆਇਨ ਨਹੀਂ ਕੀਤਾ ਜਿੰਨੇ ਜਣੇ ਬੈਠੇ ਐ ਕੱਲ ਜਿੰਨੇ ਜਣਿਆਂ ਨੇ ਤਿਆਰੀ ਕਰਨੀ ਐ ਉਹ ਸਾਰੇ ਦੇ ਸਾਰੇ ਬੈਚ ਜੁਆਇਨ ਕਰਕੇ ਤੇ ਆਉਣਗੇ ਫਿਰ ਬਾਅਦ ਵਿੱਚ ਆਪਾਂ ਐਪ ਦੇ ਵਿੱਚ ਕਲਾਸਾਂ ਲਾਇਆ ਕਰਾਂਗੇ ਛੁਟਕਿਆਂ ਯਾਦ ਕਰਾਇਆ ਕਰਾਂਗੇ ਤੇ ਆਪਣੇ ਭਾਈ ਵੀਰ ਸਿੰਘ ਵਰਗੇ ਪਏ ਆ ਸ਼ਿਵ ਕੁਮਾਰ ਵਰਗੇ ਪਏ ਆ ਗੱਲਾਂ ਗੱਲਾਂ ਦੇ ਵਿੱਚ ਉਹਨਾਂ ਦੀਆਂ ਰਚਨਾਵਾਂ ਉਹਨਾਂ ਦੇ ਅਵਾਰਡ ਸਾਹਿਤ ਅਕਾਦਮੀ ਵਾਰਡ ਅਮਰਤਾ ਪ੍ਰੀਤਮ ਦੀ ਸਵਾ ਜਿਮਨੀ ਕਿਹੜੀ আর સીધી ਟਿਕਟੇ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਉਹਦੇ ਪ੍ਰੇਮੀ ਕਿਹੜੇ ਕਿਹੜੇ ਸੀ ਸਾਰੀਆਂ ਗੱਲਾਂ ਨੂੰ ਸੱਜੇ ਸੱਜੇ ਆਪਾਂ ਸਿੱਖਦੇ ਜਾਵਾਂਗੇ ਅੱਜ ਦੀ ਕਲਾਸ ਨੂੰ ਬੱਚੇ ਆਪਾਂ ਇੱਥੇ ਹੀ ਸੀਮਤ ਰੱਖਦੇ ਆ ਮਿਲਦੇ ਹਾਂ ਹ ਕਲਾਸ ਦੇ ਵਿੱਚ ਕੱਲੋਂ ਸੇਮ ਟਾਈਮ ਮਿਲਾਂਗੇ ਕਿੰਨੇ ਵਜੇ 8 ਵਜੇ ਠੀਕ ਹੈ ਬੱਚੋ ਤਾਂ ਧੰਨਵਾਦ ਸਾਰਿਆਂ ਦਾ ਇੱਥੇ ਪਹੁੰਚਣ ਦੇ ਲਈ ਤੇ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਓ ਵੀ ਕਲਾਸ ਕਿਵੇਂ ਦੀ ਲੱਗੀ ਲਾਸਟ ਦੇ ਕਮੈਂਟ ਸੈਕਸ਼ਨ ਆ ਜਿਹੜਾ ਭਰ ਦਿਓ ਸਾਰੇ ਕਮੈਂਟ ਮੈਂ ਪੜ੍ਹਾਂਗਾ ਤੇ ਤੁਹਾਡੇ ਜਵਾਬ ਦੇਵਾਂਗਾ ਧੰਨਵਾਦ ਜੀ ਮਿਲਦੇ